ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਅਸੀਂ ਫੇਰ ਚਰਚਾ ਕਰਾਂਗੇ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਦੇ ਨਾਲ, ਅਤੇ ਅੱਜ ਦਾ ਵਿਸ਼ਾ ਰਹੇਗਾ ਵੀਟ ਅਲਰਜੀ, ਯਾਨੀ ਕਿ ਅਨਾਜ ਤੋਂ ਪੈਦਾ ਹੋਣ ਵਾਲੀ ਅਲਰਜੀ, ਜਿਹਦੇ ਕਾਰਨ ਸਰੀਰ ਦੇ ਅੰਦਰ ਵੱਖ ਵੱਖ ਤਰ੍ਹਾਂ ਦੇ ਵਿਕਾਰ ਹੁੰਦੇ ਨੇ, ਬਹੁਤ ਬੁਰੀ ਤਰ੍ਹਾਂ ਜਿਹੜਾ ਪੇਟ ਦਰਦ ਹੁੰਦਾ, ਸਰੀਰ ਦੇ ਵਿੱਚ ਹੋਰ ਬਹੁਤ ਸਾਰੇ ਵਿਕਾਰ ਪੈਦਾ ਹੋ ਜਾਂਦੇ ਨੇ, ਅਤੇ ਕਿੰਨਾ ਲੰਬਾ ਸਮਾਂ ਜਿਹੜਾ ਸੰਤਾਪ ਭੁਗਦਾ ਖਾਣੇ ਤੋਂ। ਇੱਕ ਕਿਸਮ ਦਾ ਲੋਕ ਇਹ ਸਮਝਣ ਲੱਗ ਪੈਂਦੇ ਨੇ ਕਿ ਅਸੀਂ ਹੁਣ ਖਾਣਾ ਖਾ ਹੀ ਨਹੀਂ ਸਕਾਂਗੇ, ਪਰ ਕੀ ਇਹਦਾ ਕੋਈ ਹੱਲ ਹੈ? ਕਿਉਂ ਹੁੰਦੀ ਹੈ ਇਹ ਬਿਮਾਰੀ? ਇਹਦੇ ਕੀ ਲੱਛਣ ਨੇ ਅਤੇ ਕਿਸ ਤਰੀਕੇ ਦੇ ਨਾਲ ਇਲਾਜ ਕੀਤਾ ਜਾ ਸਕਦਾ? ਕੀ ਆਪਾਂ ਦਵਾਈਆਂ ਤੋਂ ਬਚਦੇ ਹੋਏ ਵੀ ਇਹਦਾ ਇਲਾਜ ਕਰ ਸਕਦੇ ਹਾਂ? ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੋਤਿਆਂ ਨੂੰ। ਡਾਕਟਰ ਸਾਹਿਬ, ਵੀਟ ਅਲਰਜੀ ਸੁਣਿਆ ਵੀ ਬਹੁਤ ਖਤਰਨਾਕ ਬਿਮਾਰੀ ਹੈ, ਔਰ ਜਿਹੜਾ ਬੰਦਾ ਹੈ ਬਹੁਤ ਬੁਰੀ ਤਰ੍ਹਾਂ ਤਕਲੀਫ ਦੇ ਵਿੱਚ ਰਹਿੰਦਾ ਹੈ। ਕੀ ਕਹਿਣਾ ਚਾਹੋਗੇ, ਕਿੱਥੋਂ ਸ਼ੁਰੂਆਤ ਕਰੋਗੇ, ਕਿਉਂ ਹੁੰਦੀ ਹੈ? ਕੁਲਵੰਤ ਜੀ, ਜਿਹੜੀ ਪਹਿਲੀ ਤਾਂ ਐਲਰਜੀ ਸਮਝ ਲਈ ਅਸੀਂ ਕਿ ਐਲਰਜੀ ਹੁੰਦੀ ਕਿਉਂ ਆ, ਕਿਸੇ ਵੀ ਚੀਜ਼ ਤੋਂ ਐਲਰਜੀ ਕਿਉਂ ਹੁੰਦੀ ਹੈ। ਆਪਾਂ ਸ਼ਾਇਦ ਪਹਿਲਾਂ ਵੀ ਇੱਕ ਵੀਡੀਓ 'ਚ ਗੱਲ ਕੀਤੀ ਸੀ ਕਿ ਐਲਰਜੀ ਦਾ ਜਿਹੜਾ ਬੇਸਿਕ ਆਧਾਰ ਹੁੰਦਾ ਉਹ ਹੁੰਦੇ ਨੇ ਪ੍ਰੋਟੀਨਸ। ਪ੍ਰੋਟੀਨਸ ਬਾਰੇ ਆਪਾਂ ਕਿਹਾ ਸੀਗਾ, ਮੈਂ ਦੁਬਾਰਾ ਸਮਰੀ ਕਰ ਦਿੰਦਾ ਉਹਦੀ। ਆਪਾਂ ਕਿਹਾ ਸੀਗਾ ਕਿ ਪ੍ਰੋਟੀਨਸ ਜਿਹੜੇ ਹੁੰਦੇ ਨੇ, ਕੋਈ ਵੀ ਬਾਹਰਲੀ ਪ੍ਰਜਾਤੀ ਦੇ ਪ੍ਰੋਟੀਨ ਸਾਡੇ ਸਰੀਰ ਦੇ ਵਿੱਚ ਇੱਦਾਂ ਨਹੀਂ ਲੱਗ ਸਕਦੇ ਜਾ ਕੇ ਪ੍ਰੋਟੀਨ ਦੇ ਤੌਰ 'ਤੇ। ਉਹ ਕਿਉਂ ਨਹੀਂ ਲੱਗ ਸਕਦੇ ਇਹਦੀ ਵੀ ਆਪਾਂ ਗੱਲ ਕੀਤੀ ਸੀ ਕਿ ਜੇ ਇੱਦਾਂ ਕੁਦਰਤ ਅਲਾਓ ਕਰ ਦਿੰਦੀ ਕਿ ਕਿਸੇ ਵੀ ਪ੍ਰਜਾਤੀ ਦੇ ਪ੍ਰੋਟੀਨ ਜਾ ਕੇ ਤੁਹਾਡੇ ਪ੍ਰੋਟੀਨ 'ਚ ਫਿੱਟ ਹੋ ਜਾਣ, ਤਾਂ ਪ੍ਰੋਟੀਨ ਦੇ ਅੰਦਰ ਜੀਨਸ ਨੇ ਅਤੇ ਜੀਨਸ ਜਾ ਕੇ ਸਾਡੇ ਪ੍ਰਜਨਨ ਸੈੱਲ ਜਿਹੜੇ ਬਣਦੇ, ਸਪਰਮ ਬਣਿਆ ਜਾਂ ਸਾਡਾ ਅੰਡਾ ਬਣਿਆ ਮਾਂ ਦਾ ਅਤੇ ਬਾਪ ਦਾ ਸਪਰਮ ਬਣਿਆ, ਉਹ 'ਚ ਵੀ ਉਹ ਜਾ ਕੇ ਪ੍ਰੋਟੀਨ ਲੱਗ ਗਏ ਤਾਂ ਫਿਰ ਅੱਗੇ ਅਗਲੀ ਪੀੜ੍ਹੀ ਕੀ ਬਣੇਗੀ? ਠੀਕ ਹੈ ਨਾ। ਤੋ ਇਹ ਜਿਹੜੀ ਕੁਦਰਤ ਨੇ ਉਹਦੇ ਅੰਦਰ ਇੱਕ ਬਹੁਤ ਸਟਰੋਂਗ ਬੈਰੀਅਰ ਲਾਇਆ ਹੋਇਆ ਕਿ ਕੋਈ ਵੀ ਪ੍ਰਜਾਤੀ ਹੈ, ਚਾਹੇ ਉਹ ਪੌਦਾ ਹੈ, ਚਾਹੇ ਉਹ ਐਨੀਮਲ ਹੈ, ਚਾਹੇ ਤੁਸੀਂ ਕਣਕ ਖਾ ਲਓ, ਤਾਂ ਵੀ ਜੇ ਮੁਰਗਾ ਖਾ ਲਓ ਜਾਂ ਬੱਕਰਾ ਖਾ ਲਓ, ਉਹ ਵੀ ਉਹਦੇ ਪ੍ਰੋਟੀਨ ਸਾਨੂੰ ਇੱਦਾਂ ਹੀ ਜਾ ਕੇ ਸਾਡੇ ਸਰੀਰ 'ਚ ਨਹੀਂ ਲੱਗਦੇ। ਸਾਡਾ ਸਰੀਰ ਪਹਿਲਾਂ ਉਹਨੂੰ ਪ੍ਰੋਟੀਨ ਨੂੰ ਤੋੜਦਾ, ਤੋੜ ਕੇ ਉਹਦੇ ਮਣਕੇ, ਜਿਵੇਂ ਆਪਾਂ ਗੱਲ ਕੀਤੀ ਸੀ ਕਿ ਪ੍ਰੋਟੀਨ ਉੱਦਾਂ ਹੁੰਦਾ ਜਿਹੜਾ ਮਾਲਾ ਦੇ ਮਣਕੇ ਹੁੰਦੇ ਆ, ਮਾਲਾ ਪ੍ਰੋਟੀਨ ਹੈ, ਮਣਕੇ ਅਮਾਈਨੋ ਐਸਿਡਸ ਨੇ, 20x ਅਮਾਈਨੋ ਐਸਿਡ ਤੋਂ ਰਲ ਕੇ ਸਾਰੇ ਪ੍ਰੋਟੀਨਸ ਬਣਦੇ ਆ। ਅਮਾਈਨੋ ਐਸਿਡ ਸਾਂਝੇ ਨੇ, ਉਹੀ ਅਮਾਈਨੋ ਐਸਿਡ ਤੋਂ ਪੂਰੇ ਦੀ ਪੂਰੀ ਜੀਵਨ ਦੀ ਰਚਨਾ ਹੋਈ ਹੈ, ਉਹੀ 20x ਪ੍ਰੋਟੀਨ ਅਮਾਈਨੋ ਐਸਿਡ ਨੇ, ਲੇਕਿਨ ਉਹਦਾ ਅਰੇਂਜਮੈਂਟ ਅਲੱਗ ਅਲੱਗ ਹੈ, ਕੋਈ ਕਿਸੇ ਥਾਂ 'ਤੇ, ਕੋਈ ਕਿਸੇ ਥਾਂ 'ਤੇ, ਇਸ ਤਰ੍ਹਾਂ ਕਰਕੇ ਜੋ ਅਰੇਂਜਮੈਂਟ ਦੇ ਸਿਰ 'ਤੇ ਮਾੜਾ ਜਿਹਾ ਅਰੇਂਜਮੈਂਟ ਬਦਲ ਜਾਵੇ ਤਾਂ ਪ੍ਰੋਟੀਨ ਬਦਲ ਜਾਂਦਾ, ਅਮਾਈਨੋ ਐਸਿਡ ਦਾ ਅਰੇਂਜਮੈਂਟ ਬਦਲ ਜਾਂਦਾ। ਜੇ ਅਮਾਈਨੋ ਐਸਿਡ ਦਾ ਅਰੇਂਜਮੈਂਟ ਬਣ ਗਿਆ, ਮੰਨ ਲਓ ਜਿਹੜਾ ਅਮਾਈਨੋ ਐਸਿਡ 1 ਨੰਬਰ 'ਤੇ ਸੀਗਾ, ਹੁਣ ਤੁਸੀਂ ਜੇ 6 ਨੰਬਰ 'ਤੇ ਕਰ ਦੋਗੇ ਤਾਂ ਹੋਰ ਪ੍ਰੋਟੀਨ ਬਣ ਗਿਆ, ਸਿਰਫ ਇੰਨੇ 'ਚ ਹੀ। ਅਮਾਈਨੋ ਐਸਿਡ ਉਹੀ ਨੇ, ਲੇਕਿਨ ਅਮਾਈਨੋ ਐਸਿਡ ਦਾ ਜਿਹੜਾ ਪੈਟਰਨ ਬਦਲ ਗਿਆ ਉਹਦੇ ਅੰਦਰ ਅਰੇਂਜਮੈਂਟ ਦੇ ਅੰਦਰ, ਤਾਂ ਉਹ ਪ੍ਰੋਟੀਨ ਅਲੱਗ ਹੋ ਜਾਂਦਾ, ਤਾਂ ਉਹ ਜਾ ਕੇ ਪ੍ਰੋਟੀਨ ਜਿਹੜਾ ਫਿਰ ਉਹ ਡਿਫਰੈਂਟ ਪ੍ਰੋਟੀਨ ਹੋ ਜਾਏਗਾ ਅਤੇ ਉਹ ਜਿਹੜਾ ਉਹਦੀ ਤੁਹਾਡੀ ਬੋਡੀ ਨੂੰ ਅਸੈਪਟ ਨਹੀਂ ਕਰੇਗੀ। ਹੁਣ ਇਹ ਜਿਹੜੇ ਪ੍ਰੋਟੀਨਸ ਨੇ, ਜਦੋਂ ਅਮਾਈਨੋ ਐਸਿਡ 'ਚ ਟੁੱਟਦੇ ਆ ਸਾਡੀਆਂ ਅੰਤਰੀਆਂ 'ਚ ਜਾ ਕੇ, ਤਾਂ ਇਹ ਸਾਡੀ ਅੰਤਰੀਆਂ 'ਚ ਕੰਮ ਹੁੰਦਾ। ਅੰਤਰੀਆਂ ਕੀ ਕਰਦੀਆਂ ਨੇ, ਜੋ ਵੀ ਪ੍ਰੋਟੀਨ ਅਸੀਂ ਖਾਂਦੇ ਹਾਂ, ਚਾਹੇ ਮੈਂ ਕਣਕ ਖਾ ਲਈ, ਚਾਹੇ ਛੋਲੇ ਖਾ ਲਏ, ਚਾਹੇ ਦਾਲ ਖਾ ਲਈ, ਚਾਹੇ ਮੁਰਗਾ ਖਾ ਲਿਆ, ਚਾਹੇ ਬੱਕਰਾ ਖਾ ਲਿਆ, ਜੋ ਵੀ ਖਾ ਲਿਆ, ਉਹਦੇ ਪ੍ਰੋਟੀਨ ਨੇ ਅਲਟੀਮੇਟਲੀ ਮੇਰੀਆਂ ਅੰਤਰੀਆਂ 'ਚ ਟੁੱਟ ਕੇ ਅਮਾਈਨੋ ਐਸਿਡ ਬਣਨਾ, ਉਹ 20x ਅਮਾਈਨੋ ਐਸਿਡ ਜਿਹੜੇ ਕਣਕ ਤੋਂ ਵੀ ਉਹੀ ਆਉਣੇ ਆ, ਲਗਭਗ ਮੁਰਗੇ ਤੋਂ ਵੀ ਉਹੀ ਆਉਣੇ ਆ, ਬੱਕਰੇ ਤੋਂ ਵੀ ਉਹੀ ਆਉਣੇ ਆ, ਹਰ ਚੀਜ਼ ਤੋਂ ਉਹੀ ਅਮਾਈਨੋ ਐਸਿਡ ਨੇ। ਇਹਦਾ ਮਤਲਬ ਮੇਰੇ ਖੂਨ 'ਚ ਹਾਂ ਪੈਟਰਨ, ਉਹਦਾ ਅਰੇਂਜਮੈਂਟ ਅਲੱਗ ਅਲੱਗ ਹੈ, ਕਿਉਂਕਿ ਹਰ ਚੀਜ਼ ਅਰੇਂਜ ਹੁੰਦੀ ਹੈ ਨਾ, ਜਿਹੜਾ ਜਿੱਦਾਂ ਮੋਲੀਕਿਊਲ ਹੁੰਦਾ ਹੈ, ਕੈਮਿਸਟਰੀ ਦੇ ਵਿੱਚ ਮੋਲੀਕਿਊਲ ਵਰਡ ਹੈ, ਉਹਦੇ ਅੰਦਰ ਉਹਦੀ ਐਟਮਸ ਨੇ, ਉਹਦੀ ਅਰੇਂਜਮੈਂਟ ਹੁੰਦੀ, ਜਿੱਦਾਂ ਇੱਦਾਂ ਅਮਾਈਨੋ ਐਸਿਡ ਦੇ ਅਰੇਂਜਮੈਂਟ ਨਾਲ ਪ੍ਰੋਟੀਨ ਬਣਦਾ। ਅਮਾਈਨੋ ਐਸਿਡ ਦਾ ਅਰੇਂਜਮੈਂਟ ਇੱਧਰ ਖੱਬੇ ਵਾਲਾ ਸੱਜੇ ਹੋ ਗਿਆ, ਸੱਜੇ ਵਾਲਾ ਖੱਬੇ ਹੋ ਗਿਆ, ਇੰਨੇ 'ਚ ਹੀ ਪ੍ਰੋਟੀਨ ਬਦਲ ਜਾਂਦਾ। ਹੁਣ ਕੀ ਹੁੰਦਾ ਕਿ ਸਾਡੀ ਅੰਤਰੀਆਂ ਦਾ ਕੰਮ ਹੈ ਕਿ ਉਹਨੂੰ ਪ੍ਰੋਟੀਨ ਨੂੰ ਅਮਾਈਨੋ ਐਸਿਡ ਤੋੜੇ, ਪਹਿਲਾਂ ਤੋੜ ਕੇ ਫਿਰ ਉਹ ਖੂਨ 'ਚ ਕੀ ਜਾਏਗਾ, ਅਮਾਈਨੋ ਐਸਿਡ, ਪ੍ਰੋਟੀਨ ਨਹੀਂ ਜਾਏਗਾ, ਜੇ ਪ੍ਰੋਟੀਨ ਚਲਾ ਗਿਆ ਤਾਂ ਗੜਬੜੂਗੀ, ਇੱਥੋਂ ਐਲਰਜੀ ਸ਼ੁਰੂ ਹੁੰਦੀ ਹੈ। ਆਪਾਂ ਅੱਗੇ ਗੱਲ ਕਰਾਂਗੇ ਕਿ ਕਿਵੇਂ, ਜੇ ਅਗਰ ਗਲਤੀ ਨਾਲ ਪ੍ਰੋਟੀਨ ਘੁਸ ਜਾਵੇ ਖੂਨ ਦੇ ਅੰਦਰ ਤਾਂ ਭੱਜਣਾ ਪੈ ਜਾਂਦੀ ਹੈ ਸਰੀਰ ਨੂੰ, ਕਿਉਂਕਿ ਉਹ ਸਰੀਰ ਇਹ ਨਹੀਂ ਚਾਹੁੰਦਾ, ਕੁਦਰਤ ਇਹ ਨਹੀਂ ਚਾਹੁੰਦੀ ਕਿ ਇਹ ਬੰਦਾ ਕਿਸੇ ਹੋਰ ਪ੍ਰਜਾਤੀ ਦਾ ਪ੍ਰੋਟੀਨ ਆਪਣੇ ਪ੍ਰੋਟੀਨ 'ਚ ਘਸੋੜ ਲਵੇ, ਕਿਉਂਕਿ ਉਹਦੇ ਨਾਲ ਤਾਂ ਬੜੇ ਭਿਅੰਕਰ ਕਿਸਮ ਦੇ ਸਿੱਟੇ ਨਿਕਲਣਗੇ, ਉਹ ਕੁਦਰਤ ਬਿਲਕੁਲ ਅਲਾਓ ਨਹੀਂ ਕਰਦੀ। ਕੁਦਰਤ 'ਚ ਪ੍ਰਜਾਤੀਆਂ ਦੀ ਪਿਓਰਿਟੀ, ਪ੍ਰਜਾਤੀਆਂ ਦੀ ਸ਼ੁੱਧਤਾ ਨੂੰ ਪੂਰਾ ਮੇਨਟੇਨ ਕਰਦੀ ਹੈ, ਤਾਂ ਹੀ ਜੀਵਨ ਚੱਲਦਾ, ਨਹੀਂ ਜੀਵਨ ਚੱਲ ਹੀ ਨਹੀਂ ਸਕਦਾ, ਜੀਵਨ ਵਸਤ ਵਿਅਸਤ ਹੀ ਹੋ ਜੂਗਾ। ਇਸ ਕਰਕੇ ਜੀਵਨ ਨੂੰ ਚਲਾਉਣ ਵਾਸਤੇ ਪ੍ਰਜਾਤੀਆਂ ਦੀ ਸ਼ੁੱਧਤਾ ਰੱਖਣੀ ਜਿਹੜੀ ਹੈ ਬੇਹੱਦ ਜ਼ਰੂਰੀ ਹੁੰਦੀ ਹੈ, ਅਤੇ ਪ੍ਰਜਾਤੀਆਂ ਦੀ ਸ਼ੁੱਧਤਾ ਰੱਖਣ ਲਈ ਨੇਚਰ ਨੇ ਬੈਰੀਅਰ ਲਾ ਰੱਖਿਆ ਕਿ ਤੁਸੀਂ ਇੱਧਰ ਦਾ ਇੱਧਰ ਨਹੀਂ ਕਰ ਸਕਦੇ,
तो जिस उन्हें बैरियर लाता अंतरिया तो एक फिल्टर लाता कि तुम सिर्फ ये इस फिल्टर चो सिर्फ अमाइनो एसिड लंघन गए प्रोटीन नहीं लंघ सकता। हुण हो की गया कि असी साडा खाण पीण साडा प्रदूषण साडे जहर साडी तनाव वाली गल जिहड़ी जिंदगी उन्हें साडियां अंतरियां दे जिहड़ा फिल्टर सी उहनूं खराब करता उहनूं असी कहिंदे लीकी गट। लीकी गट का मतलब यह है आपां उदों वी गल कीती सी कि जिवें नलके दे फिल्टर च अगर फिल्टर का खराब हो जाए तो रेता आउण लग जांदा पानी च। तुसीं देखिया होणा कि रेता आ रहा जी आपां शिकायत करदे हां वी पानी तो रेता ही आ रहा इहदा मतलब वो फिल्टर खराब है। हुण तुहानूं दुबारा बोर करके फिल्टर बदलना पएगा। हुण इत्थे आपां फिल्टर तो नहीं बदल सकते लेकिन फिल्टर नूं ठीक कर सकते हैं किसी तरीके तो तरीके की गल करांगे आपां कि फिल्टर किवें। तो लीकी गट नूं ट्रीट करना बहुत जरूरी हुंदा। जेकर लीकी गट होएगी तो प्रोटीनस जिहड़े ने अर्ध डाइजेस्ट किए हुए अद्धे हजम होए हुए प्रोटीन लंघ जाएंगे उस फिल्टर चो तो जो प्रोटीन लंघ गया जो अमाइनो एसिड बने नहीं है वो छोटे छोटे गुच्छे ने जिवें वड्डी माला सी फिर गुच्छियां टुटी फिर कल कल मणके च टुटी हाले जो गुच्छे ही ने तो गुच्छा लंघ गया धक्के नाल ही क्योंकि लीकी गट है। यानी कि गुच्छा नूं तोड़ के प्रोटीन नूं गुच्छा च तोड़ के उन्हों अपने हिसाब नाल फिर तरतीबबद्ध कर दी है बॉडी उन्होंने अमाइनो एसिड तोड़ दी कल कल मणका कल मणके फिर तरतीबबद्ध कर दी अपने फिर वो अंदर बॉडी सिस्टम है कि अपने प्रोटीन किवें बनने उन्होंने अमाइनो एसिड तो अमाइनो एसिड का पूल चला गया ना ब्लड च ब्लड च एक अमाइनो एसिड चले गए सारे वो भी 22-24 अमाइनो एसिड जो ने घूम रहे हैं खून च हूँ वो जी फैक्ट्री लगी हुई है प्रोटीन बनाने की साढ़े शरीर वो सैल के अंदर है उन्होंने लाइसोसोम कहते हैं उन्हें प्रोटीन बनाने का गुर सांचा दिता हुआ कुदरत ने भी तू अपने प्रोटीन बनाने तेरे को सांचा है हर सैल को अंदर एक नहीं अनेक फैक्ट्रिया ने एक सैल के कई एक सैल च कई सारिया फैक्ट्रिया ने प्रोटीन बनाने दियाँ तो कुदरत ने सांचा बना के दिता जिदा आप इट बनाने जिदा की इट बनानी है वह सांचा अलग है जो टायल बनाने का सांचा अलग है वड्डी इट बनाने का सांचा अलग है तो कुदरत ने सांचा दिता हुआ भी इदा इदा का प्रोटीन बनाना तू अमाइनो एसिड तो उदा वही प्रोटीन बना सकता को पावर नहीं है जो इधर उधर करेगा क्योंकि वो पावर खोली हुई नेचर ने तो बिल्कुल उदा ही बनाया कि तेरे को सांचा है आ प्रोटीन बनाने आ इस बंद के प्रोटीन ने इस तो बहर नहीं बनाने। प्रोटीन भी हर बंद के अड अड होंगे हर प्रजाति के बहुत ही अलग अलग होंगे अगे इंडिविजुअल बंद भी कुछ कुछ अलग होंगे जिमें नहीं मनुख के भी जिमें नीगरोज ने जिस तरह जो चाइनीज ने इन्हों अलग अलग थोड़ा बहुत थोड़ा फर्क होंगे मनुखता के जीन उ ने क्यों ताही आप क्रॉसब्रीड कर लें मन को नीगरो गोरे नाल विआह कर लवे तो बच्चे तो होणगे ना इहदा मतलब है कुदरत उहनूं अलाउ करदी है तो उहदे च ज़्यादा फर्क नहीं है थोड़ा फर्क है बहुत लेकिन मनुख का फर्क गधे नाल ज़्यादा मतलब गधे के प्रोटीन तो मनुख के प्रोटीन च बहुत फर्क है। इस तरह जिहड़े पौधे ने कणक के प्रोटीन तो मनुख के प्रोटीन च बहुत ज़्यादा फर्क है होर भी ज़्यादा फर्क है तो जिन्ना मनुख के नेड़े कोई जीव है उहदा फर्क उन्ना घट जाए जिवें मनुख का जिहड़ा चिंपैंजी है वह साढ़े सब तो नेड़े है लंगूर कहने जिहनूं आपां चिंपैंजी मनुखता मनुख के सब तो नेड़े तो प्रोटीन तो साढ़े प्रोटीन बहुत मिलते हैं फिर बंदर ना मिलते हैं इदा जिवें जिवें फिर जिन्हें मैमल्स ने दुध पिआउण वाले जानवर ने उन्होंने मिलते जुलते हैं तो इस तरह तो जिवें जिवें वो गैप बढ़ता जाता तो प्रोटीन का फर्क पैदा जाता। सो वो आप गल कर रहे भी आधार की कि एलर्जी का आधार की है। हुण एलर्जी का आधार की है कि कोई प्रोटीन असी इहोजा खा लिया जिहड़ा साडा शरीर हजम तो कर नहीं सकिया उहनूं क्योंकि उस वो प्रोटीन कोई नवा जिहा सीगा जां प्रोटीन कोई मॉडिफाई करता गया साढ़े शरीर को हजम करन दा अपरेटस ही है नहीं तो हर प्रोटीन हजम करन लई साढ़े शरीर को कुछ खास किस्म के रस ने जो रस ही साढ़े कोल होर ने तो खास ही कुछ होर लिया तो फिर की होएगा कि वो जे प्रोटीन हजम नहीं होएगा तो हजम नहीं होएगा तो फिर उत्थे फिरी जाएगा तो कुछ ना कुछ धक्के नाल फिल्टर चो लीकी गट चो लंघ जाएगा। जिहड़े प्रोटीन साढ़े असीं आदियां खाण दे रोज़ कुदरती ने जां साडी पीढ़ी दर पीढ़ी आदि सी मतलब मेरे दादे दादे परदादे तो सारे उही प्रोटीन खा रहे सीगे तो वो फिर मेरे शरीर के अंदर वो मशीनरी एफिशिएंट है वो जान सारू हजम कर देंदी है। इस तो पहला कि लीकी गट चो लंघ जाना वो पहले तोड़ के मणकियां च मारदी वो मारदी है चल मणके लंघी जाण लेकिन जिहड़ा प्रोटीन तुसीं अजीब जिहा खा लिया कोई जां तुसीं कोई बदलिया होया प्रोटीन खा लिया कि तुसीं मैन मेड प्रोटीन आ गया अच्कल बहुत ज़्यादा जिवें जेनेटिकली मॉडिफाइड फसलों ने हाइब्रिड फसलों ने इदा बदलता गया जिवें कणक के मामले च भी यही है कि कणक साडी जिहड़ी सी देसी कणक सी जिहड़ी वह होर सी ये कणक होर है वह साइंटिस्ट ने जीन टैसट करके भी दसता भी जीन ही कुछ होर ने वह मिलते ही नहीं है। हाँ जिहड़ी साडी पुरातन कणक सी जीन तो ये जीन च कोई मेल ही नहीं है आपस जी कि शकली शकल कणक की है
बाकी सारा जेनेटिक स्ट्रक्चर अलग है। ये भी जीओमो कह सकते हैं आप? नहीं, जेनेटिकली मॉडिफाइड क्लासिकल ढंग नहीं कहनी चाहिए, हाइब्रिड है। इन हाइब्रिडाइजेशन हाइब्रिडाइजेशन जी भी एक किस्म की मॉडिफिकेशन है, लेकिन वो क्लासिकल सेंस जेनेटिकली मॉडिफिकेशन नहीं है, जी धक्के जीन पाते हैं। अजकल वो कणक मिलती नहीं, वह बीज भी नहीं मिलता। मी हाँ असी लिया होया लभ लिया हो असं हूँ किसानों तो भिजवा रहे हो। हाँ वह नाम मैं भुल गया, वो जी पुरातन कणक है नाम है, चलो मेरे मेरे दिमाग चाह आ रहा जाएगा शायद। सो वो कणक लियादी है, एक पुरानी देसी कणक जीडिया जिमें बंसी सी होर जी कणक सी अपने पुरातन उन्होंने बीज सारिया के लगभग लगभग सी लभ गोल्ड जी वो है गोल गोल कणक एक आ गई हुई है। तो वह कई किस्म पुरातन कणक सत्त अठ दस किस्म दियाँ। हाँ वो गाणा दाने मोटे होंगे, रोटी बड़ी स्वाद होंगी है, वो चिपकती नहीं, जो चिपकाट चिपकाट घट है बहुत ज़्यादा वो जो जो मैदा कढ़ देते मैं याद है तो बूरा बहुत ज़्यादा निकलता सी, अज की कणक चो बूरा नहीं निकलता बहुत। छाण बूरा खरीद वाले आते होंगे? हाँ नहीं सर, जो कपड़े छाण करके ना जो मैदा पहला बनया बना नहीं सी लेंदे होंगे, वो कपड़े चो छाण के मैदा बना लेंदे होंगे, सेवियां सुवियां बनाने होंगे सी ना तो कपड़े चो छाण लेंदे होंगे, उन्होंने कपड़ छाण कहते तो मैदा थोड़ा निकलता होंगे सगा तो बाकी आटा ज़्यादा होंगे सगा, मतलब जो फाइबर कॉन्टेंट से ज़्यादा सगा। हूँ जी कणक है जो फाइबर कॉन्टेंट भी घट है तो ये अंदर लेस बहुत ज़्यादा जिन्होंने ग्लूटन कहने आप, ग्लूटन वो प्रोटीन है जिदे करके लेस है अंदर लेसलापन है, तो लेसलापन के हिसाब से असी सारी अपनी सारी इंडस्ट्री जी है फूड की उन्हें अपने सारे प्रोडक्ट लेसले हिसाब न हिसाब से एडजस्ट किए हुए हैं। वो जिनी फॉर ब्रैड है, हम ब्रैड जब तक लेस ना हो तद तक ब्रैड बनती नहीं है, चिप बिस्कुट ने वो भी नरम नहीं बनते सख्त बनते हैं, तो इस करके जी इंडस्ट्री है उन्हें उन्हें कणक के हिसाब से ढाल लिया हो अपने आप। हूँ जी कणक है वो मॉडिफाई हो गई, उन्होंने हाइब्रिड लिया किस किस पता नहीं किस वह गया भी फूड की बड़ी शॉर्टेज है, खाना खाने सू हाई यील्डिंग वरायटी चाहिए ने, हाई यील्डिंग वरायटीज आई हैं, हाई यील्डिंग वरायटी बीमारी बहुत कच कैच कर दी, फिर पेस्टिसाइड आ गए मगर मर, पहला हाई यील्डिंग बी बीज लिया कि वह पौधा ठिगना जहाँ वो जी कणक होंगी सी हो जाती सी लंबी बंदे जी नहीं लंबी, मतलब कणक की बल्ली जी सी बंदे के सिर नूं गर्दन तक पहुँचती सी, तूड़ी भी वध निकल बहुत ज़्यादा और तूड़ी डंगर खाते बहुत स्वाद नाल सीगे, बड़े शौक नाल खाते सीगे, तो वह जी वह जी कणक सी जी बंदे के गलगल तक पहुँचती सी वो कणक हूँ है नहीं गई। हूँ जी ठिगनी जी कणक है गोडा भी गोडे भी तो भी तह नहीं जाती, जो बंदे गोडे भी नहीं लुकते उस तो वह जी कणक है वह कणक हाइब्रिड वरायटी जी है कणक की जी शॉर्ट स्टेचर्ड है, वो अंदर जे गुण डिफरेंट ने, शकल हुई बीज हुई उदे लगते हैं, रोटी का स्वाद भी डिफरेंट है, वो सुक भी बहुत जल्दी जाती है। मैं याद है बचपन के अंदर जी असी रोटी खाते होंगे कणक की सारा दिन पई रही, सवेर की बनी शाम तक भी चक्के चकने से कोई लंब लंबे चौड़े वो कंटेनर नहीं होंगे, छिकू ही होंगे सके। होर है परिवार के बजुर्ग लेडीज़ होंगे सी कहें रोटियां अठ दस फालतू बना के रख दो, कोई लैन ही आ जाता है बिल्कुल, कोई भिखारी आ गया मंगता आ गया, कोई संत महात्मा पुराने जमाने बहुत आते होंगे सके जे जे संत महात्मा प्रचारक आते होंगे सके, रसोई थोड़ा रसोई थोड़ा चलाते घर चो गुरुद्वारा साहब साढ़े लंगर जे गजा हाँ इकट्ठी करते हैं, तो सारा कुछ पिंड चो इकट्ठा करते सके, तो वो सारे वाधू बना के रखी होंगे सियाँ भी कोई आ गया कोई गरीब गुरबा कोई कोई राहगीर कोई मुसाफिर तो कोई घर जाके कह दे मैं रोटी खानी मैं भुख लगी तो कोई मोड़ता नहीं हूँ, तो रोटी उदा की पई हूँ सी दाल दाल सब्जी कोई ना पई ना पई हूँ चार ना खा लेंगे सी, साढ़े तो सब्जी वाला तो जरा एडा कोई भावक नहीं होंगे क्योंकि रोटी स्वाद इन्नी होंगी सी भी तुम चार फाड़ी रख के प्याज ना खा लो तो भी बंदे की भुख मिट जाती सी। सो वो इस करके जो कणक के अंदर तब्दीली आई ना हाइब्रिडाइजेशन की तो उन्हें कितना कित कणक प्रोटीन बदल तब्दीली करती, वो प्रोटीन हूँ हजम नहीं होंगे, एक लेस बहुत ज़्यादा आ गई है कणक के अंदर, लेसलापन इन्ना ज़्यादा है कि जाके चिपक जाती है अंतड़ियों में, जदों देखो जी अंतड़ियाँ बहुत लंबिया ने मतलब दस मीटर घट्टो घट अंतड़ी है दस बारह मीटर, हाँ तो जी जी इन्नी लंबी जी अंतड़ी है वह खाने लंघ के जाना, जे चिपकाहट वाला खाना होगा तो चिपकी जाएगा नाल 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 नाल, हुण चिपकेगा तो की नुकसान होएगा, पहली गल तो उस थान तो खून दे विच खाने देने जाना है, एक पासे खून है एक पासे खाना है, कुदरत ने तो उन्होंने वो जी अंदरले अंदरले
ਜਿਹੜੇ ਜਿਹੜੀ ਅੰਦਰੀਆਂ ਅੰਦਰਲੀ ਲਾਈਨ ਹੈਗਾ ਉਹਦੀ ਅੰਦਰੀਆਂ ਦੀ, ਉਹਨੂੰ ਇੱਦਾਂ ਬਣਾਇਆ ਜਿਵੇਂ ਪਰਦੇ ਦੇ ਵੱਟ ਹੁੰਦੇ ਆ, ਐਂ ਕਰਕੇ ਪਰਦੇ ਦੇ ਵੱਟ ਨਹੀਂ ਆਪਾਂ ਪਾ ਦਿੰਦੇ, ਸੋਹਣਾ ਵੀ ਲੱਗਦਾ ਅਤੇ ਖੁੱਲ੍ਹ ਜਾਂਦਾ। ਉੱਦਾਂ ਹੀ ਕੁਦਰਤ ਨੇ ਅੰਦਰੀਆਂ ਦੀ ਅੰਦਰਲੀ ਝਿੱਲੀ ਨੂੰ ਵੱਟ ਪਾ ਰੱਖੇ ਇੱਦਾਂ ਇੱਦਾਂ ਕਰਕੇ। ਕਿਉਂ ਪਾਏ ਆ? ਤਾਂ ਕਿ ਖੂਨ ਦਾ ਅਤੇ ਖਾਣੇ ਦਾ ਜਿਹੜਾ ਸਰਫੇਸ ਏਰੀਆ ਉਹ ਵੱਧ ਜਾਵੇ। ਅਤੇ ਜੇ ਤੁਸੀਂ ਅੰਤੜੀ ਦੀਆਂ ਉਹ ਸਾਰੀਆਂ ਖੋਲ੍ਹ ਦਿਉ ਨਾ ਪਰਤਾਂ, ਤਾਂ ਅੰਤੜੀ ਫੁੱਟ ਚੌੜੀ ਹੋ ਜਾਵੇ। ਹਾਂ, ਅਤੇ ਇੱਕ ਪਾਸੇ ਖੂਨ ਹੁੰਦਾ, ਇੱਕ ਪਾਸੇ ਖਾਣਾ ਹੁੰਦਾ, ਤਾਂ ਉਹ ਜਿਹੜਾ ਕਿਤੇ ਨਾ ਕਿਤੇ ਜਦੋਂ ਖਾਣਾ ਜਿਹੜੇ ਹੁਣ ਫੋਲਡ ਬਣ ਗਏ ਉਹਦੇ ਫੋਲਡ ਉਹਦੇ ਵਿਚਾਲੇ ਜਾ ਕੇ ਇੱਥੇ ਫਸ ਜਾਏਗੀ, ਉਹ ਲੇਸ ਜਿਹੜੀ ਆ ਫਸ ਕੇ ਕਰੇਗੀ, ਸੜੇਗੀ। ਕੋਈ ਵੀ ਅਗਰ ਚੀਜ਼ ਰੁਕ ਜਾਏਗੀ ਕਿਤੇ ਤਾਂ ਸੜੇਗੀ ਨਾ, ਸੜ ਕੇ ਕੀ ਕਰੇਗੀ? ਗੰਦੀਆਂ ਗੈਸਾਂ ਪੈਦਾ ਕਰੇਗੀ। ਠੀਕ ਹੈ, ਫਿਰ ਬੰਦਾ ਕਹੇਗਾ ਮੇਰੀ ਗੈਸ ਬਣਦੀ ਹੈ, ਮੈਨੂੰ ਗੰਦੇ ਗੰਦੇ ਜਿਹੜੇ ਨੇ ਉਹ ਗੈਸ ਜਾਂ ਪਾਸ ਹੁੰਦੀ ਹੈ, ਫਿਰ ਉਹ ਗੰਦੀ ਗੰਦੀ ਗੈਸਾਂ ਜ਼ਹਿਰੀਲੀਆਂ ਬਹੁਤ ਹੁੰਦੀਆਂ ਨੇ। ਫਿਰ ਉੱਥੇ ਜਿਹੜੇ ਸਾਡੇ ਦੋਸਤ ਬੈਠੇ ਆ, ਸਭ ਤੋਂ ਵੱਡੀ ਗੱਲ ਜਿਹੜੀ ਆ ਜਿਹਨੂੰ ਅਸੀਂ ਭੁੱਲ ਜਾਂਦੇ ਹਾਂ ਕਿ ਅੰਤਰੀਆਂ ਦੇ ਨਾਲ 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 ਨਾ ਸਾਡੇ ਦੋਸਤ ਬੈਠੇ ਆ, ਉਹ ਕਾਹਦੇ ਵਾਸਤੇ ਬਿਠਾਏ ਕੁਦਰਤ ਨੇ? ਉਹ ਸਾਡੇ ਖਾਣੇ ਨੂੰ ਹਜ਼ਮ ਕਰਕੇ ਅੱਗੇ ਤੱਕ ਪਹੁੰਚਾਉਣ ਵਾਸਤੇ ਸਾਡੀ ਮਦਦ ਕਰ ਰਹੇ ਆ। ਉਹ ਸਾਡੇ ਥਾਂ 'ਤੇ 10 ਕਰੋੜ ਬਿਠਾਏ ਉਹਨਾਂ ਨੇ, 10 ਕਰੋੜ ਸਾਡੇ ਦੋਸਤ ਬਿਠਾਏ ਆ ਸਾਡੀਆਂ। ਉਹ 'ਚੋਂ ਜ਼ਿਆਦਾ 80% ਅੰਤਰੀਆਂ 'ਚ ਹੀ ਨੇ, ਬਾਕੀ ਚਮੜੀ ਤਾਂ ਸਾਰੇ 20% ਹੀ ਨੇ। ਸੋ 10 ਕਰੋੜ ਦੀਆਂ 80% ਜਿਹੜਾ ਇਕੱਲੀਆਂ ਅੰਤਰੀਆਂ 'ਚ ਨੇ, ਉਹ ਅੰਤਰੀਆਂ 'ਚ ਕਾਹਦੇ ਵਾਸਤੇ ਬੈਠੇ ਆ? ਕਿ ਜਦੋਂ ਹੀ ਖਾਣਾ ਜਾਂਦਾ ਤਾਂ ਉਹ ਟੋਹਦੇ ਆ, ਉਹਨੂੰ ਟੋਹਦੇ ਆ ਵੀ ਇਹ 'ਚ ਕੀ ਘਾਟ ਹੈ, ਕੀ ਫਾਲਤੂ ਚੀਜ਼ ਕਿਹੜੀ ਕੱਢਣ ਵਾਲੀ ਹੈ, ਪਾਉਣ ਵਾਲੀ ਕਿਹੜੀ ਚੀਜ਼ ਹੈ। ਉਹ ਪੂਰੀ ਕੁਦਰਤ ਨੇ ਉਹਨਾਂ ਨੂੰ ਅਕਲ ਦਿੱਤੀ ਹੈ, ਕੁਦਰਤ ਉਹਨਾਂ ਨੂੰ ਵੈਸੇ ਹੀ ਦਿੰਦੀ ਰਹਿੰਦੀ ਹੈ ਵੀ ਤੁਸੀਂ ਆਹ ਕੰਮ ਕਰੋ, ਤਾਂ ਉਹ ਸਾਰਾ ਕੰਮ ਕਰਦੇ ਆ। ਉਹ ਖਾਣੇ ਨੂੰ ਮੋਡੀਫਾਈ ਵੀ ਕਰਦੇ ਆ, ਖਾਣੇ ਨੂੰ ਹਜ਼ਮ ਵੀ ਕਰਦੇ ਆ, ਖਾਣਾ ਸਾਰਾ ਜਦੋਂ ਚਿਪਕਾਹਟ ਹੋ ਗਈ ਉੱਥੇ ਉਹ ਕੀ ਕਰਨਗੇ? ਉੱਥੇ ਤਾਂ ਗੈਸਾਂ ਗੰਦੀਆਂ ਬਣ ਰਹੀਆਂ ਨੇ, ਉਹ ਕੁਦਰਤ ਵਿਚਾਰੇ ਭਾਈ ਉਹਨੂੰ ਭੱਜਣਾ ਪੈ ਜਾਣਗੇ, ਕਿੱਥੇ ਜਾਣ ਉਹ? ਤਾਂ ਉਹ ਸਾਰਾ ਦਾ ਸਾਰਾ ਸਾਰੀ ਦੀ ਸਾਰੀ ਜਿਹੜੀ ਜਿਹਨੂੰ ਕਹਿੰਦੇ ਆਪਾਂ ਫੰਕਸ਼ਨਿੰਗ ਹੈ ਸਰੀਰ ਦੀ, ਡਿਸਟਰਬ ਹੋ ਜਾਂਦੀ ਉਹਦੇ ਨਾਲ। ਕਿ ਉਹ ਇੱਦਾਂ ਦੱਸੋ, ਕਣਕ ਵਰਗਾ ਜਿਹੜਾ ਖਾਣਾ ਅੱਜ ਤਾਂ ਹੀ ਸਾਨੂੰ ਮੰਗਣਾ ਪੈ ਰਿਹਾ ਕਿ ਕਣਕ ਜਿਹੜੀ ਆ ਬਿਮਾਰ ਕਰਦੀ ਆ। ਸਾਡੀ ਬੜੀ ਬਦਕਿਸਮਤੀ ਹੈ, ਬੜੇ ਦਰਦ ਨਾਲ ਕਹਿੰਦੇ ਹਾਂ ਅਸੀਂ, ਬੜੀ ਸਾਨੂੰ ਤਕਲੀਫ ਹੁੰਦੀ ਹੈ ਜਦੋਂ ਸਾਨੂੰ ਕਣਕ ਮਨਾ ਕਰਨੀ ਪੈਂਦੀ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਕਿਸਾਨ ਕਿਵੇਂ ਮਿਹਨਤ ਕਰਕੇ ਕਣਕ ਉਗਾਉਂਦਾ। ਅਸੀਂ ਕਹੀ ਜਾਂਦੇ ਹਾਂ ਕਿ ਕਣਕ ਬੰਦ ਕਰ ਦਿਓ, ਬੜੀ ਪੇਨਫੁਲ ਗੱਲ ਹੈ। ਤੁਸੀਂ ਇਮੈਜਿਨ ਕਰੋ ਵੀ ਇੱਕ ਜਿਹੜਾ ਬੰਦਾ ਕਿਸਾਨਾਂ ਦਾ ਤੈਸ਼ੀ ਹੋਵੇ, ਖੇਤੀ ਦਾ ਤੈਸ਼ੀ ਹੋਵੇ, ਖੇਤੀਬਾੜੀ 'ਚ ਨਾਲ ਦਿਲਚਸਪੀ ਰੱਖਦਾ ਹੋਵੇ, ਉਹਨੂੰ ਇਹ ਕਹਿਣਾ ਕਿੰਨਾ ਔਖਾ ਕਿ ਜਿਹੜੀ ਕਣਕ ਤੁਸੀਂ ਉਗਾ ਰਹੇ ਹੋ ਉਹ ਤੁਹਾਨੂੰ ਬਿਮਾਰ ਕਰ ਰਹੀ ਹੈ, ਨਾ ਖਾਓ। ਹੁਣ ਸਾਨੂੰ ਬਾਹਰੋਂ ਮੰਗਾ ਮੰਗਾ ਕੇ ਮਿਲਟ ਖਵਾ ਰਹੇ ਹਾਂ ਲੋਕਾਂ ਨੂੰ, ਔਰ ਹੁਣ ਤਾਂ ਕਣਕ ਵੀ ਜਿਹੜੀ ਹੈ ਜੇ ਉਹ ਖਾਂਦਾ ਵੀ ਤਾਂ ਉਹਨੂੰ ਉਹ ਮੱਧ ਪ੍ਰਦੇਸ਼ ਦੀ ਲਿਆ ਕੇ ਖਾਂਦਾ, ਕਿਉਂਕਿ ਉਹਦੇ ਅੰਦਰ ਵੀ ਉਹ ਜਿਹੜੀਆਂ ਪੁਰਾਣੀਆਂ ਦੇਸੀ ਵਰਾਇਟੀਜ਼ ਹੈ ਨਹੀਂ ਗੀਆਂ। ਤਾਂ ਉਹ ਹੁਣ ਕਿਤੇ ਨਾ ਕਿਤੇ ਇਹ ਵਰਤਾਰਾ ਸਾਰਾ ਜਿਹੜਾ ਇਹ ਆਧਾਰ ਬਣ ਗਿਆ। ਸੋ ਜਿਹੜੀ ਵੀਟ ਐਲਰਜੀ ਵਾਲੀ ਗੱਲ ਹੈ ਵੀ ਜੇ ਆਪਾਂ ਕਰ ਰਹੇ ਸੀ, ਉਹ ਇੱਥੋਂ ਪੈਦਾ ਹੁੰਦੀ ਹੈ ਕਿ ਜਿਹੜੀ ਵੀਟ ਇੱਦਾਂ ਦੀ ਆ ਗਈ ਉਹਦੇ ਅੰਦਰ ਪ੍ਰੋਟੀਨਸ ਇੱਦਾਂ ਦੇ ਆ ਕਿ ਜਲਦੀ ਜਲਦੀ ਹਜ਼ਮ ਨਹੀਂ ਹੁੰਦੇ। ਉਹ ਜਦੋਂ ਹਜ਼ਮ ਨਹੀਂ ਹੁੰਦੇ ਤਾਂ ਫਿਰ ਉਹ ਅਨਡਾਈਜੈਸਟਡ ਪ੍ਰੋਟੀਨ ਜਿਹੜੇ ਕਿ ਗੁੱਛਿਆਂ ਦੀ ਸ਼ਕਲ 'ਚ ਨੇ ਉਹ ਅਮਾਈਨੋ ਐਸਿਡ ਬਣਨ ਤੋਂ ਪਹਿਲਾਂ ਖੂਨ 'ਚ ਪਹੁੰਚ ਜਾਂਦੇ ਆ। ਜਦੋਂ ਖੂਨ 'ਚ ਪਹੁੰਚਾਂਗੇ ਤਾਂ ਫਿਰ ਉਹ ਐਲਰਜੀ ਹੋ ਜਾਏਗੀ। ਸੋ ਉਹ ਜਿਹੜੀ ਐਲਰਜੀ ਹੈ ਉਹ ਤਾਂ ਫਿਰ ਉਹ ਠੀਕ ਨਹੀਂ ਹੁੰਦੀ, ਕਿਉਂਕਿ ਤੁਸੀਂ ਕਣਕ ਖਾਈ ਜਾ ਰਹੇ ਹੋ, ਗੁੱਛੇ ਆਈ ਜਾ ਰਹੇ ਹੈ, ਐਲਰਜੀ ਹੋਰ ਹੋਈ ਜਾ ਰਹੀ ਹੈ। ਰੋਜ਼ ਤੁਸੀਂ ਖਾਂਦੇ ਹੋ, ਰੋਜ਼ ਐਲਰਜੀ ਫਿਰ ਤੋਂ ਐਂਟੀਬਾਡੀਜ਼ ਬਣ ਜਾਂਦੀਆਂ ਨੇ, ਫਿਰ ਤੋਂ ਐਲਰਜੀ ਹੋ ਜਾਂਦੀ ਹੈ। ਬੰਦੇ ਬਹੁਤ ਸਾਰੇ ਬੰਦਿਆਂ ਦੀ ਗਰੋਥ ਰੁਕ ਜਾਂਦੀ, ਬੱਚਿਆਂ ਦੀ ਵੱਧਦੇ ਫੁੱਲਦੇ ਨਹੀਂ ਹੈ, ਖੂਨ ਬਣਨਾ ਬੰਦ ਹੋ ਜਾਂਦਾ, ਖੂਨ ਨਹੀਂ ਬਣਦਾ, ਉਹਦੇ ਥਕਾਵਟ ਬਹੁਤ ਜ਼ਿਆਦਾ ਹੁੰਦੀ ਹੈ, ਥੱਕੇ ਥੱਕੇ ਰਹਿੰਦੇ ਸਾਰਾ ਦਿਨ ਉਹ, ਜਾਂ ਫਿਰ ਉਸ ਤੋਂ ਵੀ ਅੱਗੇ ਪੇਟ ਦੁਖਣ ਲੱਗ ਜਾਂਦਾ, ਲੈਟਰੀਨ ਵਾਰ ਵਾਰ ਜਾਂਦੇ ਹੈ। ਸੋ ਜਿਹਨੂੰ ਕਹਿੰਦੇ ਆ ਇੱਕ ਪਰਮਾਨੈਂਟਲੀ ਉਹਨਾਂ ਦੀ ਗਲ ਬਿਮਾਰੀ ਪੈ ਜਾਂਦੀ ਹੈ। ਤੋ ਇਸ ਕਰਕੇ ਜਿਹੜੀ ਆ ਉਹ ਸਮਝ ਆਉਂਦੀ ਨਹੀਂ ਹੈ ਬਹੁਤ, ਅਸੀਂ ਬੰਦਾ ਸੋਚਦਾ ਵੀ ਨਹੀਂ ਵੀ ਮੈਨੂੰ ਵੀਟ ਐਲਰਜੀ ਹੋਊਗੀ, ਬੰਦਾ ਸੋਚਦਾ ਮੈਂ ਬਿਮਾਰ ਹਾਂ। ਤੋ ਇਸ ਕਰਕੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਕੰਮ ਇਹੀ ਕਰਦੇ ਹਾਂ, ਅਸੀਂ ਕਹਿੰਦੇ ਜੇ ਕੋਈ ਬਿਮਾਰ ਹੈ ਤਾਂ ਪਹਿਲਾਂ ਕੰਮ ਇਹ ਕਰੋ ਵੀ ਕਣਕ ਬੰਦ ਕਰੋ। ਤੋ ਇਹ ਜਿਹੜੀ ਕਣਕ ਬੰਦ ਅਸੀਂ ਕਰਾ ਦਿੰਦੇ ਹਾਂ, ਇਸੇ ਕਰਕੇ ਕਰਾਉਂਦੇ ਹਾਂ ਕਿ ਕਣਕ ਜਿਹੜੀ ਆ ਬਿਮਾਰ ਕਰ ਰਹੀ ਹੈ, ਔਰ ਅਸੀਂ ਕਿਸਾਨਾਂ ਤੱਕ ਵੀ ਪਹੁੰਚ ਕਰ ਰਹੇ ਹਾਂ ਕਿ ਕਣਕ ਜਾਂ ਤਾਂ ਇਹ ਬੀਜੀਏ ਨੇ ਆਪਾਂ, ਜਾਂ ਫਿਰ ਬੀਜਣੀ ਤਾਂ ਦੇਸੀ ਬੀਜੀਏ, ਜਿਹੜੀਆਂ ਪੁਰਾਣੀਆਂ ਵਰਾਇਟੀ ਸੀਗੀਆਂ ਔਰਗੈਨਿਕ ਬੀਜੀਏ, ਜ਼ਹਿਰ ਮੁਕਤ ਬੀਜੀਏ, ਜਾਂ ਫਿਰ ਕਣਕ ਦੀ ਬਜਾਏ ਹੋਰ ਫਸਲਾਂ ਬੀਜੀਏ ਆਪਾਂ, ਜਿਹੜੇ ਹੋਰ ਅਨਾਜ ਨੇ। ਸੋ ਕਣਕ ਤੋਂ ਇਲਾਵਾ ਜਿਹੜੇ ਬਾਕੀ ਅਨਾਜ ਨੇ ਉਹ ਉਹਨੇ ਮਾੜੇ ਨਹੀਂ। ਕਣਕ ਅਤੇ ਜਿਹੜੇ ਚਿੱਟੇ ਚੌਲ ਨੇ, ਚਿੱਟੇ ਚੌਲਾਂ ਦੀ ਦੂਜੀ ਦਿੱਕਤ ਹੈ, ਉਹ ਖਰੇ ਦਿੱਕਤਾਂ ਨਹੀਂ ਹੈ ਉਹਦੇ ਨਾਲ ਐਲਰਜੀ ਵਾਲੀਆਂ, ਉਹਦੀ ਦਿੱਕਤ ਇਹ ਵੀ ਉਹ 'ਚ ਬਚਦਾ ਹੀ ਕੁਛ ਨਹੀਂ ਹੈ। ਜਦੋਂ ਪਹਿਲਾਂ ਉੱਪਰੋਂ ਆਪਾਂ ਉਹ ਲਾਹ ਦਿੰਦੇ ਹਾਂ, ਛਿੱਲ ਲਾਹ ਦਿੰਦੇ ਹਾਂ, ਫਿਰ ਪਤਲਾ ਛਿਲਕਾ ਲਾ ਦਿੰਦੇ ਹਾਂ, ਫਿਰ ਪੋਲਿਸ਼ ਕਰ ਦਿੰਦੇ ਹਾਂ, ਉਹਦੇ ਥੱਲੇ ਬਚਦੀ ਸਟਾਰਚ ਹੈ, ਅਤੇ ਸਟਾਰਚ ਜਿਹੜੀ ਹੈ ਵੈਸੇ ਬਹੁਤ ਬਿਮਾਰ ਕਰਦੀ ਹੈ, ਕਿਉਂਕਿ ਉਹ ਸਟਾਰਚ ਇੱਕ ਲਿਮਿਟ ਤੋਂ ਵੱਧ ਉਹ ਇੱਕਦਮ ਜਾਣ ਸਾਰੀ ਸ਼ੂਗਰ ਬਣ ਜਾਂਦੀ ਹੈ। ਉਹ ਜਾਣ ਸਾਰੀ ਸ਼ੂਗਰ ਬਣਦੀ, ਸ਼ੂਗਰ ਦਾ ਹੜ ਲਿਆ ਦਿੰਦੀ ਹੈ, ਉਹ ਵੀ ਸਾਨੂੰ ਬਿਮਾਰ ਕਰਦੀ ਹੈ। ਸੋ ਦੋ ਸਾਡੀਆਂ ਫਸਲਾਂ ਨੇ, ਜੀਰੀ ਅਤੇ ਕਣਕ, ਦੋਨੋਂ ਬਿਮਾਰ ਕਰ ਰਹੀਆਂ ਨੇ। ਸੋ ਇਹ ਬੜੇ ਬੜੇ ਦਰਦਨਾਕ ਸਥਿਤੀ 'ਚ ਅਸੀਂ ਫਸ ਗਏ ਹਾਂ, ਅਤੇ ਹੁਣ ਇਹ 'ਚੋਂ ਨਿਕਲਣ ਲਈ ਸਾਨੂੰ ਖੇਤੀ ਦਾ ਮਾਡਲ ਹੀ ਬਦਲਣਾ ਪੈਣਾ।
ਅਸਲ 'ਚ ਅਸਲ 'ਚ ਜੜ ਕਿਤੇ ਉੱਥੇ ਆ ਗਏ। ਡਾਕਟਰ ਸਾਹਿਬ, ਜਦੋਂ ਤੁਸੀਂ ਇੱਕ ਥੋੜ੍ਹੇ ਸਿਮਟਮ ਦੱਸੇ ਨੇ ਕਿ ਜਦੋਂ ਬੰਦੇ ਨੂੰ ਵੀਟ ਐਲਰਜੀ ਹੁੰਦੀ ਹੈ ਤਾਂ ਉਦੋਂ ਆਹ ਕੁਛ ਹੁੰਦਾ, ਇਹਦੇ 'ਚ ਸਭ ਤੋਂ ਵੱਧ ਜਿਹੜੀ ਚੀਜ਼ ਹੈ ਬੋਡੀ ਜਦੋਂ ਵੀਟ ਐਲਰਜੀ ਹੁੰਦੀ ਹੈ, ਇਹਨਾਂ ਸਾਰੀਆਂ ਚੀਜ਼ਾਂ 'ਚੋਂ ਸਭ ਤੋਂ ਵੱਧ ਜਿਹੜੀ ਚੀਜ਼ ਆ ਉਹ ਕਿਹੜੀ ਚੀਜ਼ ਬੰਦੇ ਨੂੰ ਤੰਗ ਕਰਦੀ ਹੈ ਜਿਹਦੇ ਨਾਲ ਬੰਦਾ ਬਹੁਤ ਬੁਰੀ ਤਰ੍ਹਾਂ ਤੰਗ ਹੋਣ ਤੋਂ ਬਾਅਦ ਤੁਹਾਡੇ ਕੋਲ ਪਹੁੰਚ ਜਾਂਦਾ? ਅੱਡ ਅੱਡ ਸਿਮਟਮ ਨੇ, ਬਹੁਤ ਸਾਰੇ ਬੱਚੇ ਮੈਂ ਦੇਖੇ ਆਉਂਦੇ ਆ ਕਿ ਖੂਨ ਹੀ ਨਹੀਂ ਬਣ ਰਿਹਾ, 7 ਗ੍ਰਾਮ 8 ਗ੍ਰਾਮ 6 ਗ੍ਰਾਮ 7 ਗ੍ਰਾਮ 8 ਗ੍ਰਾਮ ਇੱਥੇ ਫਿਰੀ ਜਾਂਦਾ ਸੀ ਬਣ, ਹਾਂ ਖੂਨ ਨਹੀਂ ਬਣ ਰਿਹਾ ਨਾ, ਐਲਰਜੀ ਫਿਰ ਵਿੱਚੋਂ ਵਿੱਚੋਂ ਨਹੀਂ ਵਿੱਚੋਂ ਕੱਲ ਕਾਰਨ ਲਈ ਨਿਕਲਦਾ ਵੀ ਐਲਰਜੀ ਆ। ਐਲਰਜੀ ਅੰਦਰ ਕੀ ਕਰਦੀ ਹੈ ਫਿਰ? ਐਲਰਜੀ ਦੇ ਵਿੱਚ ਜਿਹੜਾ ਜਿਹੜੇ ਪ੍ਰੋਟੀਨ ਸਾਨੂੰ ਚਾਹੀਦੇ ਆ, ਖੂਨ ਬਣਾਉਣ ਲਈ ਪ੍ਰੋਟੀਨ ਚਾਹੀਦੇ ਆ ਨਾ, ਜਦੋਂ ਉਹਨਾਂ ਪ੍ਰੋਟੀਨਾਂ ਨੂੰ ਜਾ ਕੇ ਲੱਗਣ ਨਹੀਂ ਦਿੰਦੀ ਜਾਂ ਕੋਈ ਪ੍ਰਕਿਰਿਆ ਜਾਂ ਡਿਸਟਰਬ ਕਰਦੀ ਹੈ, ਐਗਜੈਕਟ ਮੈਕਨਿਜ਼ਮ ਤਾਂ ਸ਼ਾਇਦ ਮੈਨੂੰ ਲੱਗਦਾ ਨਹੀਂ ਪਤਾ ਸਾਇੰਸ 'ਚ, ਲੇਕਿਨ ਇਹ ਆਬਜ਼ਰਵੇਸ਼ਨ ਹੈ ਕਿ ਖੂਨ ਨਹੀਂ ਬਣਦਾ, ਗਰੋ ਨਹੀਂ ਕਰਦਾ ਬੱਚਾ, ਉੱਥੇ ਜੇ ਖੜ ਜਾਂਦਾ ਉਹਦੀ ਸਿਹਤ ਨਹੀਂ ਬਣਦੀ, ਭਾਰ ਘੱਟ ਹੈ ਜਾਂ ਉਲਟ ਵੀ ਹੋ ਰਿਹਾ ਬਹੁਤ ਲੋਕਾਂ ਨੂੰ, ਮੋਟਾਪਾ ਹੋਣ ਲੱਗ ਜਾਂਦਾ ਬੈਲੀ, ਖਾਸ ਕਰਕੇ ਪੇਟ, ਢਿੱਡ ਢਿੱਡ ਗੁੱਗੜਾਂ ਦਾ, ਗੁੱਗੜਾਂ ਦਾ ਸਭ ਤੋਂ ਵੱਡਾ ਕਾਰਨ ਹੀ ਕਣਕ ਹੈ, ਜਿਹੜੀ ਪੋਟ ਜਿਹੜੀ ਪੋਟ ਬੈਲੀ ਹੈ, ਪੋਟ ਬੈਲੀ ਕਹਿੰਦੇ ਆਪਾਂ ਉਹਨੂੰ, ਕਿ ਘੜੇ ਵਰਗਾ ਪੇਟ, ਅਸਲ 'ਚ ਉਹਨੂੰ ਵੀਟ ਬੈਲੀ ਕਹਿਣਾ ਚਾਹੀਦਾ, ਹਾਂ ਤਾਂ ਉਹ ਵੀਟ ਬੈਲੀ ਹੈ ਕਿ ਕਣਕ ਕਰਕੇ ਜਿਹੜੀ ਉਹ, ਔਰ ਅੱਜ ਦਾ ਨਹੀਂ ਹੈ, ਮੈਨੂੰ ਤਾਂ ਯਾਦ ਹੈ ਬਚਪਨ ਦਾ ਵੀ ਕਹਿੰਦੇ ਹੁੰਦੇ ਸੀਗੇ ਬਜ਼ੁਰਗ ਵੀ ਜਿਹਨੇ ਗੁੱਗੜ ਵਧਾਉਣੀ ਹੈ ਉਹ ਇਕੱਲੀ ਕਣਕ ਖਾਓ, ਇਕੱਲੀ ਕਣਕ ਖਾਣ ਤੋਂ ਮਨਾ ਕਰਦੇ ਹੁੰਦੇ ਸੀਗੇ ਬਜ਼ੁਰਗ, ਇਕੱਲੀ ਕਣਕ ਨਾ ਖਾਇਆ ਕਰੋ ਨਹੀਂ ਤਾਂ ਤੁੰਦਾਂ ਵੱਧ ਜਾਣਗੀਆਂ, ਤਾਂ ਉਹ ਕਹਿੰਦੇ ਹੁੰਦੇ ਸੀ ਬੇੜਾ ਖਾਓ, ਬੇੜਾ ਕਹਿੰਦੇ ਸੀ ਉਹਨੂੰ, ਜੌਂ ਅਤੇ ਛੋਲੇ ਮਿਕਸ ਕਰਕੇ ਬੀਜਦੇ ਸੀਗੇ, ਹਾਂ ਜੌਂ ਛੋਲੇ ਜ਼ਿਆਦਾ ਪਾਪੂਲਰ ਸੀਗੇ, ਜੌਂ ਅਤੇ ਛੋਲੇ ਵਿੱਚੇ ਮਿਕਸ ਬੀਜ ਦਿੰਦੇ ਹੁੰਦੇ ਸੀਗੇ, ਵਿੱਚੇ ਕੱਟ ਲੈਂਦੇ ਸੀ ਅਤੇ ਉੱਦਾਂ ਹੀ ਪਿਆ ਲੈਂਦੇ ਸੀ, ਉਹਨੂੰ ਬੇੜਾ ਕਹਿੰਦੇ ਸੀ, ਘਰ ਵਾਸਤੇ ਬੇੜਾ ਹੀ ਰੱਖਦੇ ਹੁੰਦੇ ਸੀਗੇ, ਤਾਂ ਬੇੜਾ ਸਾਂਭ ਕੇ ਰੱਖ ਲੈਂਦੇ ਸੀ, ਉਹਨੂੰ ਪਿਆ ਪਿਆ ਕੇ ਖਾਈ ਜਾਂਦੇ ਹੁੰਦੇ ਸੀਗੇ ਰੋਟੀ ਬਣਾ ਕੇ, ਬੜੀ ਸਵਾਦ ਰੋਟੀ ਬਣਦੀ ਸੀ ਔਰ ਕੋਈ ਉਹਦਾ ਸਾਈਡ ਇਫੈਕਟ ਵੀ ਨਹੀਂ ਸੀ ਆਉਂਦਾ। ਪੇਟ ਕਿਉਂ ਦਰਦ ਕਰਨ ਲੱਗ? ਪੇਟ ਫਿਰ ਉਹੀ ਨਾ ਵੀ ਜਿਹੜਾ ਪ੍ਰੋਟੀਨ ਨਹੀਂ ਹਜਮ ਹੋਏਗਾ, ਕੁਦਰਤ ਉਹਨੂੰ ਰਿਜੈਕਟ ਕਰਦੀ ਹੈ ਨਾ ਕਿਸੇ ਨਾ ਕਿਸੇ ਤਰੀਕੇ, ਮੰਨ ਲਓ ਕੋਈ ਪ੍ਰੋਟੀਨ ਆ ਗਿਆ, ਹੁਣ ਮੈਨੂੰ ਅੰਡੇ ਤੋਂ ਐਲਰਜੀ ਆ, ਜੇ ਮੈਂ ਅੰਡਾ ਖਾਵਾਂ ਤਾਂ ਨਾਲ ਦੀ ਨਾਲ ਮੇਰਾ ਪੇਟ ਦੁਖਣ ਲੱਗ ਜਾਏਗਾ, ਉਸ ਤੋਂ ਬਾਅਦ ਉਲਟੀ ਆਏਗੀ ਨਾ, ਉਲਟ ਪਹਿਲਾਂ ਪੇਟ ਦੁਖੇਗਾ, ਡਿੱਕ ਜਿਹਾ ਹੋ ਜਾਏਗਾ, ਐਂ ਪੰਤੜੀਆਂ ਐਂ ਕੱਸੀਆਂ ਜਾਣਗੀਆਂ ਜਿਵੇਂ ਰੱਸੇ ਨਾਲ ਬੰਨ੍ਹਤਾ ਹੁੰਦਾ, ਫਿਰ ਉਲਟੀ ਆ ਜਾਏਗੀ, ਫਿਰ ਉਸ ਤੋਂ ਵੀ ਅੱਗੇ ਜਿਹੜੇ ਹੋਰ ਪ੍ਰੋਟੀਨ ਲੰਘ ਗਏ ਕਿਤੇ ਅੰਦਰ ਮੇਰੇ, ਤਾਂ ਉਹ ਫਿਰ ਉਹਦੇ ਅੰਦਰ ਖੂਨ ਬੀ ਪੀ ਘਟਣ ਨਾਲ ਸ਼ੁਰੂ ਹੋ ਜੂਗਾ, ਅਤੇ ਮੈਨੂੰ ਮੌਤ ਤੱਕ ਦੀ ਸਮੱਸਿਆ ਆ ਜਾਂਦੀ ਕਈ ਵਾਰੀ ਗਲਤ ਖਾਣੇ ਨਾਲ, ਤਾਂ ਉਹ ਜਿਹੜੀ ਐਲਰਜੀ ਦੇ ਸਿਮਟਮ ਨੇ ਉਹ ਸਾਰੇ ਇੱਦਾਂ ਦੇ ਹੁੰਦੇ ਆ ਜਿਹਦਾ ਮਤਲਬ ਕਿ ਬੋਡੀ ਹੁਣ ਉਸ ਪ੍ਰੋਟੀਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਤਾਂ ਸਰੀਰ 'ਚੋਂ ਉਲਟੀ ਲਿਆ ਕੇ ਲੱਟੀਆਂ ਲਾ ਕੇ ਪੇਟ ਖਰਾਬ ਕਰਕੇ ਪੇਟ ਦਰਦ ਕਰਕੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਹੜਾ ਉਸ ਤੋਂ ਵੀ ਅੱਗੇ ਲੰਘ ਗਿਆ ਉਹਨੂੰ ਫਿਰ ਗੁਰਦਿਆਂ ਨੂੰ ਕਹੇਗੀ, ਲਿਵਰ ਨੂੰ ਕਹੇਗੀ ਵੀ ਇਹਨੂੰ ਕੱਢੋ ਬਾਹਰ, ਕਿਉਂਕਿ ਕੁਦਰਤ ਕਦੀ ਵੀ ਟੋਲਰੇਟ ਨਹੀਂ ਕਰਦੀ ਵੀ ਗਲਤ ਪ੍ਰੋਟੀਨ ਜਾ ਕੇ ਤੁਹਾਡੇ ਸਰੀਰ 'ਚ ਲੱਗੇ, ਕਿਉਂਕਿ ਉਹ ਖਤਰਨਾਕ ਵਰਤਾਰਾ, ਅੱਗੇ ਪ੍ਰਜਾਤੀਆਂ ਦੀ ਸ਼ੁੱਧਤਾ ਦੇ ਉੱਪਰ ਅਟੈਕ ਆ ਉਹ, ਕਿਉਂਕਿ ਅੱਗੇ ਪ੍ਰਜਾਤੀ ਦੀ ਸ਼ਕਲ ਬਦਲ ਸਕਦੀ ਹੈ, ਤਾਂ ਉਸ ਕਰਕੇ ਜਿਹੜਾ ਹੈ ਇਹ ਵਰਤਾਰਾ ਰੋਕਣ ਲਈ ਕੁਦਰਤ ਉਹਨੂੰ ਕੋਈ ਨਹੀਂ, ਜਿਹਨੂੰ ਆਪਾਂ ਕਹਿ ਸਕਦੇ ਹਾਂ ਐਲਰਜੀ ਦੇ ਰਿਐਕਸ਼ਨ, ਐਲਰਜਿਕ ਰਿਐਕਸ਼ਨ ਦੇ ਇੱਕ ਇਹ ਸਾਰੇ ਫੀਚਰ ਨੇ, ਪੇਟ ਦੁਖਣਾ, ਉਲਟੀਆਂ ਲੱਗ ਜਾਣਾ, ਟੱਟੀਆਂ ਲੱਗ ਜਾਣਾ, ਫਿਰ ਜਿਹੜਾ ਖੂਨ ਨਹੀਂ ਬਣਦਾ, ਸਰੀਰ ਵੱਧਦਾ ਫੁੱਲਦਾ ਨਹੀਂ ਹੈ, ਤੁਸੀਂ ਸੁਸਤੀ ਰਹਿਣਾ ਅਤੇ ਥੱਕੇ ਥੱਕੇ ਰਹਿਣਾ, ਤੇਜ਼ਾਬ ਬਣਨਾ ਸ਼ਾਇਦ ਹੋਵੇ ਜਾਂ ਨਾ ਹੋਵੇ ਪੱਕਾ ਨਹੀਂ ਕਹਿ ਸਕਦੇ ਆਪਾਂ, ਤੇਜ਼ਾਬ ਬਣਨ ਦੇ ਹੋਰ ਵੀ ਬਹੁਤ ਕਾਰਨ ਨੇ, ਲੇਕਿਨ ਇਹ ਸਾਰੀ ਚੀਜ਼ਾਂ ਕਿਤੇ ਨਾ ਕਿਤੇ ਐਲਰਜੀ ਦੀਆਂ ਜਿਹੜੇ ਨੇ ਉਹ ਅਲਾਮਤਾਂ ਨੇ। ਅਤੇ ਡਾਕਟਰ ਸਾਹਿਬ, ਮੰਨ ਲਓ ਵੀ ਇੱਕ ਬੰਦੇ ਨੂੰ ਵੀਟ ਐਲਰਜੀ ਹੋ ਗਈ ਅਤੇ ਉਸ ਤੋਂ ਬਾਅਦ ਉਹਨੇ ਜਿਹੜਾ ਕਣਕ ਅਤੇ ਜਿਹੜੀ ਵੀ ਅਨਾਜ ਨੂੰ ਤੁਸੀਂ ਮਨਾ ਕੀਤਾ ਉਹਨੇ ਖਾਣਾ ਵੀ ਬੰਦ ਕਰਤਾ, ਲੇਕਿਨ ਬੋਡੀ ਦੇ ਅੰਦਰ ਜਿਹੜੀ ਐਲਰਜੀ ਚਲੀ ਗਈ, ਜਿਹੜੇ ਪ੍ਰੋਟੀਨ ਚਲੇ ਗਏ, ਜਿਹੜੇ ਸਿਸਟਮ ਦੇ ਨਾਲ ਉਹ ਅੰਦਰ ਜਾ ਕੇ ਲੱਗ ਗਏ, ਅੰਦਰ ਜਾ ਕੇ ਜਿੱਥੇ ਖਰਾਬੀ ਪੈਦਾ ਕਰਨੀ ਸੀ ਕਰਤੀ, ਅਤੇ ਫਿਰ ਕੀ ਉਸ ਨੂੰ ਠੀਕ ਕੀਤਾ ਜਾ ਸਕਦਾ ਸਮੇਂ ਅਤੇ ਕਿੰਨਾ ਸਮਾਂ ਲੱਗ ਜਾਂਦਾ? ਉਹ ਕੁਦਰਤ ਕਰ ਲੈਂਦੀ ਡੀਲ ਨੂੰ, ਉਹ ਅਰਜੀ ਤੌਰ 'ਤੇ ਹੁੰਦਾ ਉਹ, ਲੇਕਿਨ ਲੰਬੇ ਸਮੇਂ 'ਚ ਆਪਾਂ ਨੂੰ ਉਹ ਪ੍ਰੋਟੀਨ ਨੂੰ ਮਾਈਨਸ ਕਰਨਾ ਪੈਂਦਾ, ਬੰਦ ਕਰਨੀ ਪੈਂਦੀ ਉਹ, ਜਿਸ ਚੀਜ਼ ਤੋਂ ਵੀ ਐਲਰਜੀ ਹੋਵੇ ਉਹ ਚੀਜ਼ ਇੱਕ ਵਾਰੀ ਬੰਦ ਕਰਨੀ ਪੈਂਦੀ ਹੈ, ਕਿਉਂਕਿ ਉਹ ਚੀਜ਼ ਦੀ ਜਿਹੜੀ ਮੈਮਰੀ ਇੰਨੀ ਸਟਰੋਂਗ ਹੁੰਦੀ ਹੈ ਕਿ ਸਰੀਰ 'ਚੋਂ ਜਾਂਦੀ ਨਹੀਂ ਹੈ, ਉਹ ਸਰੀਰ ਇਹੋ ਜਿਹੜੇ ਖਤਰਨਾਕ ਚੀਜ਼ਾਂ ਹੁੰਦੀਆਂ ਨੇ ਉਹਦੀ ਮੈਮਰੀ ਸਾਂਭ ਕੇ ਰੱਖਦਾ, ਕਿਉਂਕਿ ਸਰੀਰ 'ਚ ਇੱਕ ਮੈਕਨਿਜ਼ਮ ਹੈ, ਕੋਈ ਚੀਜ਼ ਜਿਹੜੀ ਤੁਹਾਨੂੰ ਡਿਸਟਰਬ ਕਰ ਰਹੀ ਹੈ ਉਹਦੀ ਮੈਮਰੀ ਬਹੁਤ ਪਾਵਰਫੁਲ ਹੁੰਦੀ ਹੈ, ਜਦੋਂ ਹੀ ਉਹ ਚੀਜ਼ ਦੁਬਾਰਾ ਜਾਏਗੀ ਤਾਂ ਸਰੀਰ ਨਾਲ ਦੀ ਨਾਲ ਅਲਰਟ ਹੋ ਜਾਂਦਾ ਵੀ ਇਹ ਖਤਰਨਾਕ ਚੀਜ਼ ਆ ਗਈ, ਤਾਂ ਫਿਰ ਸਰੀਰ ਸਾਰੇ ਸਿਸਟਮ ਨੂੰ ਆਰਡਰ ਕਰ ਦਿੰਦਾ
मैसेज भेजता भी खतरनाक चीज़ आ रही है तो आप अपना मोर्चा संभाल लो, तो शरीर का हर सैल जो मोर्चा संभाल के बह जाता मैनू आदि रिजैक्ट करना है, अंदर नहीं आने देना, क्योंकि नेचर इतनी बहुत स्ट्रोंगली प्रो सर्वाइवल होती है। नेचर थानू मरण तो रोकने वास्ते बहुत स्ट्रोंग मैकेनिज्म है नेचर के अंदर। नेचर की ये कोई कोशिश होंगी है, आल आउट कोशिश होंगी है कि जिस जिन्ने टाइमली तुम्हें बनाया गया वो तुम टाइम पूरा करके मरो। जे तुम कोई भी यहोजा कोई उम्र तो पहला चीज़ चैलेंज करती है, खतरा बनती है, तो शरीर के अंदर एक मैकेनिज्म है पूरा उन्होंने रोकने का। सो वो प्रो सर्वाइवल जिहड़ा मैकेनिज्म अंदर सारा कुछ है, उस मैमरी एक गल है, शरीर की मैमरी, शरीर के अंदर मैमरी सैल्स होंगे वो मैमरी संभाल के रखते हैं, जदों ही दूजे उस चीज़ दोबारा कितने आँदी है तो नाल दी नाल बड़े स्ट्रोंग मैसेज आते हैं, जिवें कहिंदे जिवें एमरजेंसी बैल बज जाती है तो शरीर उदों ही एमरजेंसी बैल बजा दिंदा भी बचो बचो कुछ गलत आ गया। तो वो जो जो फिर गलत बचो वाला आता तो वो फिर आप अपना फ्रंट संभाल लेंगे, जिथे भी वो प्रोटीन जाता फिर उत्थे दबोच लेंगे, अंतरियां च आ गया उत्थे दबोच लेंगे, टट्टियां ला देंगे, उल्टियां ला देंगे, उन्होंने बाहर कढ़ने की कोशिश करेंगे, जो गुरदियों को आ गया गुरदा उन्होंने बाहर कढ़ने की कोशिश करेगा, लिवर को आ गया लिवर उन्होंने करेगा, तो जिथे भी जाएगा उन्होंने उत्थे ही दब लेंगे ताकि उस शरीर को मार ना सके। मरण मरण तो रोकने वास्ते कुदरत बहुत बहुत मदद करती है, देखने वाला सारा मैकेनिज्म जो समझते हैं तो मतलब तुम हैरान रह जाते हो भी नेचर तुम्हें बचाने लिए किमें वाह लाई है। मरदा बंदा उदों ही है जो मतलब सारे मैथड फेल हो जाते हैं, जो हमला ही एडा तिखा होंगे उदों ही मरदा बंदा, नहीं तो मरन नहीं दिंदी जब तक जां फिर तुम अपनी उम्र भोग के मरोगे। हुण ये दसो कि कणक तो बंदे ने बंद करती, चौल भी जिहड़े आपां स्टार्च जिहड़े ग्लूकोज बनाउंदे ने ये भी आपां बंद करता, तो फिर मिलट्स के जिहड़े सिस्टम इहो जिहे ने कि हरेक बंदा जिहड़ा वो बहुत दुनिया एक्सैप्ट कर रही है, लेकिन हरेक बंदा जिहड़ा मिलट्स नूं इन्ना क अपने हड्डां दे विच कणक चौल वस चुक्या, स्वाद अपने जबान दे उत्ते एक वस चुक्या कि जल्दी जल्दी मिलट्स नूं 2 महीने 3 महीने 4 महीने 5 महीने तक खा लेगा, लेकिन कणक चौल नूं तां ओह सारी उम्र तां खांदा आ रहा है लेकिन मिलट्स नूं खाण नूं जिहड़ा लंबा समां ओह तैयार नहीं हो पाता, की करना पवेगा? जी दो ही ने ग्रेन जिहड़े अनाज ने जिहनां नूं आपां इस वेले कहिंदे कि बहुत ज़्यादा इंडस्ट्रियलाइजेशन हो गई उहनां दी, कि उहनूं इन्ना मॉडिफाई करता गया कि वो खाने योग नहीं रहे, वो ने कणक के चौल च वाइट राइस पर्टिकुलरली राइस दी कुछ वरायटीज़ ने जिहड़ियां बहुत अच्छी ने, कणक भी कल नूं असीं ऑर्गेनिक मान लो पैदा कर लें तो जिहड़ी देसी वरायटीज़ ले आउंदे आ तो पॉसिबिलिटी इस गल की संभावना है कि जिहड़ी समस्यावां जिहड़ियां ने बहुत घट जाणगियां। हाँ सिर्फ जिहड़ी हाइब्रिड कणक है ये तो छुटकारा पाउणा पैणा किसी ना किसी तरीके, और जिहड़ा वाइट राइस का तरीका जिहड़ा चौल बनाउण दा तरीका ना जिहड़ा जिहदे च वाइट राइस बणदे आ वो तरीका, जो ब्राउन राइस है रेड राइस है ब्लैक राइस है ये रिलेटिवली बैटर वरायटीज़ ने, तो ये आप जड़ियाँ खाई जा सकती हैं। इस तरह जे कणक असी ऑर्गेनिक बीजन लग जाइए तो देसी वरायटीज़ बीजन लग जाइए, हाँ आटा वो तो चलो आटे वाली गल तो है ही है, आटा जो हों आटा वैसे भी अनाज न आटे के तौर पर खाना जोड़ा ये कला आटे तौर पर खाई जाना बहुत एडवाइजेबल नहीं है, क्योंकि जोड़ा आटे के तौर पर तुम खाने तो वह शुगर एकदम बनती है, जो तुम अनाज दलिया बना के खाता दलिया तो आटे जमीन समान का फर्क पै जाता, हाँ दलिया जो हौली हौली हजम होएगा आटा एकदम हजम हो जाता है, तो कोशिश करनी चाहिए है कि रोटी के नाल नाल आप अनाज को एज ए होल खाइए, जिमें आप चौल खाने जिदा आप दलिया खाने जिदा आप मिलट खाने तो खिचड़ी खिचड़ी के तौर पर चौलों के तौर पर पुलाव के तौर पर बिरयानी के तौर पर वह भी खाइए, तो जो रोटी बनानी भी है तो रोटी के अंदर भी कुछ तरीके रोटी के असी कड़े हैं, जो असी नहीं कड़े मतलब अपनी सभ्यता का पार्ट ने वो कि जिस तरह मिस्सी रोटी बनती है, हाँ मिस्सी रोटी के अंदर फिर असी कणक के नाल जिहड़ियां पत्ते पाने घीआ पाना मूली पाते आप मूली वाली रोटी है मेथी वाली रोटी है खीरे की हो सकती है गाजर की हो सकती है कच्चे पपीते की हो सकती है ईवन कच्चे केले की हो सकती है, उस तो बाद पत्ता कोई भी पत्ते निकल किसी पत्ते पै सकते हैं धनिया पै सकता है पुदीना पै सकता है प्याज तो पै ही सकता है कच्चा प्याज भूखा पै सकदियां ने, फिर थोड़ा सुहांजना खास करके जो मिठा सुहांजना है मिठ सुहांजना दो तरह का आ रहा जो सा देसी सुहांजना कौड़ा थोड़ा जहा, लेकिन जो दक्षिण भारत का सुहांजना आया वो मिठा गुण सारे सेम ने गुण सेम ने पर रोटी च पाना थोड़ा जहा कड़त्तन च आ जाएगी रोटी,
ਤਾਂ ਉਹ ਜਿਹੜੀ ਸੁਹੰਜਣਾ ਹੈ, ਕੜੀ ਪੱਤਾ ਹੈ, ਪਾਲਕ ਹੈ, ਤਾਂ ਬਹੁਤ ਸਾਰੇ ਜਿਵੇਂ ਮੈਂ ਅਮਰੂਦਾਂ ਦੇ ਪੱਤਿਆਂ ਦੀ ਬਣਾ ਕੇ ਦੇਖੀ ਰੋਟੀ, ਬਹੁਤ ਫਸਟ ਕਲਾਸ ਬਣਦੀ ਹੈ। ਹਾਂ, ਅਮਰੂਦ ਦੇ ਜਿਹੜੇ ਨਰਮ ਪੱਤੇ ਨੇ ਉਹ ਤੁਸੀਂ ਕਾਟੇ 'ਚ ਗੁੰਨ ਲਓ। ਆਲੂ ਵਗੈਰਾ ਦੀ ਆਲੂ ਵੀ ਆਲੂ ਬਿਲਕੁਲ ਆਲੂ ਵੀ ਪਾ ਸਕਦੇ ਹਾਂ, ਲੇਕਿਨ ਆਲੂ ਵੀ ਅੱਜ ਕੱਲ੍ਹ ਜਿਹੜੇ ਹੁਣ ਆ ਗਏ ਹੋਏ ਮਾਡਰਨ ਜੇ ਆਲੂ ਨੇ ਹਾਈਬ੍ਰਿਡ, ਇਹ ਵੀ ਇਹਦੇ 'ਚ ਸਟਾਰਚ ਸਟਾਰਚ ਬਹੁਤ ਜ਼ਿਆਦਾ। ਆਲੂਆਂ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਔਰਗੈਨਿਕ ਅਤੇ ਦੇਸੀ ਵਰਾਇਟੀਜ਼ ਹੋਣ, ਤਾਂ ਉਹ ਰਿਲੇਟਿਵਲੀ ਸਟਾਰਚ ਜਿਹੜੀ ਆ ਉਹਦੇ 'ਚ ਘੱਟ ਹੈ ਜਾਂ ਕੰਪਲੈਕਸ ਹੈ। ਬਿਲਕੁਲ ਕੁਛ ਵੀ ਕੁਛ ਗੁੰਨ ਲਈਏ ਆਪਾਂ ਵਿੱਚ ਮਿਕਸ ਜਿਹਾ ਕਰਕੇ, ਇੱਕ ਤਾਂ ਰੋਟੀ ਸਵਾਦ ਬਹੁਤ ਬਣਦੀ ਹੈ, ਇੱਕੋ ਜਿਸ ਢੰਗ ਨਾਲ ਬਣਦੀ ਹੈ ਸਲੋਲੀ ਉਹ ਸਾਰਾ ਕੁਛ ਵਿੱਚ ਕੁੱਕ ਹੋ ਜਾਂਦਾ, ਇੱਕ ਥੋੜ੍ਹਾ ਹਲਕਾ ਜਿਹਾ ਘੀ ਲੱਗ ਜਾਂਦਾ ਉੱਪਰ, ਉਹਦੇ ਨਾਲ ਹੋਰ ਵੀ ਉਹਦੀ ਜਿਹੜੀ ਡਾਈਜੈਸ਼ਨ ਹੈ ਉਹ ਹੌਲੀ ਹੌਲੀ ਹੋ ਜਾਂਦੀ ਹੈ, ਤਾਂ ਕਿ ਉਹ ਇੱਕਦਮ ਖੂਨ 'ਚ ਉਹ ਨਾ ਰਲਾਵੇ। ਜਿਹੜੀ ਬ੍ਰੈਡ ਖਾਣ ਦਾ ਵਰਤਾਰਾ ਇਹ ਕਿਤੇ ਬੜਾ ਖਤਰਨਾਕ ਹੈ, ਪਤਾ ਨਹੀਂ ਕਿੱਥੋਂ ਲਿਆਉਂਦੀ ਅਸੀਂ। ਤਾਂ ਡਾਕਟਰ ਤਾਂ ਜਦੋਂ ਬਿਮਾਰ ਹੁੰਦਾ ਬੰਦਾ ਕਹਿੰਦਾ ਚਲੋ ਰੋਟੀ ਨਹੀਂ ਤਾਂ ਥੋੜ੍ਹੀ ਜਿਹੀ ਬ੍ਰੈਡ ਦੇ ਦਿਉ, ਇਹ ਵੀ ਕੀ ਚੱਕਰ ਹੈ? ਨਹੀਂ ਉਹ ਗਲਤ ਹੈ, ਅਸੀਂ ਉਹਨੂੰ ਨਹੀਂ ਰਿਕਮੈਂਡ ਕਰਦੇ। ਨਹੀਂ ਅਸੀਂ ਕਹਿੰਦੇ ਹਾਂ ਜੇ ਬੰਦਾ ਬਿਮਾਰ ਹੈ ਤਾਂ ਉਹਨੂੰ ਅਨਾਜ ਖਾਣਾ ਹੀ ਨਹੀਂ ਚਾਹੀਦਾ, ਉਹਨੂੰ ਤਾਂ ਜਿਹੜੇ ਨੇ ਜੂਸਿਸ ਪੀਣੇ ਚਾਹੀਦੇ ਆ। ਅਸੀਂ ਉਹਨੂੰ ਕਹਿੰਦੇ ਹਾਂ ਸਬਜ਼ੀਆਂ ਦਾ ਜੂਸ ਅਲੱਗ ਹੈ, ਫਲਾਂ ਦਾ ਜੂਸ ਅਲੱਗ ਹੈ, ਫਿਰ ਤੁਹਾਡੇ ਉਸ ਤੋਂ ਬਾਅਦ ਜਿਹੜੇ ਨੇ ਨਾਰੀਅਲ ਪਾਣੀ ਹੈ, ਕੁਛ ਕਾੜੇ ਦਿੰਦੇ ਹਾਂ ਅਸੀਂ, ਤਾਂ ਅਸੀਂ ਪੀਣ ਵਾਲੀ ਚੀਜ਼ਾਂ ਦਿੰਦੇ ਹਾਂ ਉਹਨਾਂ ਨੂੰ, ਅਨਾਜ ਬਣਾ ਕਰ ਦਿੰਦੇ ਹਾਂ। ਜਿਹੜਾ ਅਨਾਜ ਖਾਣਾ ਅਨਾਜ ਸ਼ਾਇਦ, ਇਸ ਕਰਕੇ ਡਾਕਟਰ ਕਹਿੰਦੇ ਆ ਕਿ ਉਹ ਈਜ਼ੀਲੀ ਡਾਈਜੈਸਟੇਬਲ ਹੈ, ਅਤੇ ਲੇਕਿਨ ਈਜ਼ੀਲੀ ਡਾਈਜੈਸਟੇਬਲ ਵੀ ਹੋਏਗਾ ਤਾਂ ਵੀ ਜਿਹੜਾ ਹੈ ਅਸੀਂ ਬਾਡੀ ਨੂੰ, ਜਦੋਂ ਬਿਮਾਰ ਬਾਡੀ ਹੈ ਤਾਂ ਉਹਨੂੰ ਵਿਹਲਾ ਕਰਨਾ ਚਾਹੁੰਦੇ ਹਾਂ ਖਾਣੇ ਦੇ ਹਾਜ਼ਮੇ ਤੋਂ, ਕਿਉਂਕਿ ਜਦੋਂ ਅਸੀਂ ਖਾਣੇ ਦੇ ਉੱਤੇ ਕੰਮ ਤੋਂ ਉਹਨੂੰ ਵਿਹਲਾ ਕਰ ਦਾਂਗੇ ਸਰੀਰ ਨੂੰ, ਤਾਂ ਖਾਣਾ ਉਹ ਫਿਰ ਸਰੀਰ ਜਿਹੜਾ ਉਹ ਆਪਣੇ ਆਪ ਨੂੰ ਅਤੇ ਰਾਜ਼ੀ ਕਰਨ ਵੱਲ, ਹੈਲਦੀ ਕਰਨ ਵੱਲ ਉਹਦਾ ਸਾਰਾ ਐਨਰਜੀ ਲੱਗੇਗੀ। 70% ਐਨਰਜੀ ਜਿਹੜੀ ਸਾਡੀ ਆ ਉਹ ਖਾਣਾ ਹਜ਼ਮ ਕਰਨ 'ਚ ਲੱਗਦੀ ਆ, ਅਤੇ ਜੇ ਆਪਾਂ ਹਜ਼ਮ ਹੋਣ ਵਾਲੇ ਖਾਣੇ ਦੇਈ ਜਾਵਾਂਗੇ ਤਾਂ 70% ਐਨਰਜੀ ਉੱਧਰ ਗਈ, ਤਾਂ ਬਾਕੀ ਰਹਿ ਗਈ 30%। ਹੁਣ 30% 'ਚੋਂ ਤੁਹਾਨੂੰ ਅੱਗੇ ਕੁਛ ਐਨਰਜੀ ਮਿਲਣੀ ਹੈ ਜਿਹੜਾ ਤੁਹਾਨੂੰ ਬਿਮਾਰੀ ਵਾਸਤੇ, ਲੇਕਿਨ ਜੇ ਤੁਸੀਂ ਖਾਣਾ ਬੰਦ ਕਰਤਾ ਤਾਂ ਤੁਹਾਡੀ 100% ਐਨਰਜੀ ਉੱਧਰ ਲੱਗ ਗਈ, ਤਾਂ ਕੁਦਰਤੀ ਗੱਲ ਤਾਂ ਤੁਸੀਂ ਦੇਖੋਗੇ ਕਿ 3 ਦਿਨ ਦਾ ਜਿਹੜਾ ਲਿਕੁਇਡ ਡਾਇਟ 'ਤੇ ਆਏ ਬੰਦਾ ਹੈ ਉਹ ਸਾਰੀਆਂ ਫੀਵਰ ਹੋਵੇ, ਡਾਇਰੀਆ ਹੋਵੇ, ਜੋ ਵੀ ਉਹਨੂੰ ਬਿਮਾਰੀ ਜ਼ੁਕਾਮ ਹੋਵੇ, ਤਾਂ ਸਾਰੇ ਦੇ ਸਾਰੇ ਠੀਕ ਹੋ ਜਾਂਦੀਆਂ ਨੇ। ਤਾਂ ਇਸ ਕਰਕੇ ਅਸੀਂ ਨਹੀਂ ਰਿਕਮੈਂਡ ਕਰਦੇ ਬ੍ਰੈਡ ਵਗੈਰਾ, ਅਸੀਂ ਤਾਂ ਕਹਿੰਦੇ ਹਾਂ ਵੀ ਤੁਸੀਂ ਲਿਕੁਇਡਸ ਲਓ ਔਰ ਖਾਸ ਕਰਕੇ ਜੂਸਿਸ ਲਓ ਔਰ ਨਾਰੀਅਲ ਪਾਣੀ ਲਓ ਔਰ ਕਾੜੇ ਲਓ। ਜੇ ਇਹ ਮੰਨ ਲਓ ਵੀ ਆਪਾਂ ਇਹ ਸਾਰਾ ਪ੍ਰੋਸੈਸ ਸ਼ੁਰੂ ਕਰ ਲੈਂਦੇ ਹਾਂ, ਕਣਕ ਚੌਲ ਕੁਛ ਚਿਰ ਲਈ ਛੱਡ ਵੀ ਦਿੱਤੇ, ਜਿਹੜੇ ਬੋਡੀ ਦੇ ਅੰਦਰ ਆਪਣੇ ਗਲਤ ਪ੍ਰੋਟੀਨ ਗਏ ਨੇ ਅਤੇ ਉਹਨਾਂ ਦੀ ਜਿਹੜੀ ਖਰਾਬੀ ਆ ਉਹ ਵੀ ਆਪਾਂ ਠੀਕ ਕਰ ਲਈ, ਇੱਕ ਸਮਾਂ ਐਸਾ ਆਉਂਦਾ ਵੀ ਚਲੋ ਲੀਕੀ ਗੱਟ ਵੀ ਤੁਸੀਂ ਕਹਿੰਦੇ ਹੋ ਵੀ ਠੀਕ ਹੋ ਜਾਂਦੀ ਹੈ, ਉਸ ਤੋਂ ਬਾਅਦ ਕੀ ਕੜੇ ਕਦੇ ਜ਼ਿੰਦਗੀ ਦੇ ਵਿੱਚੋਂ ਕਣਕ ਚੌਲ ਦੁਬਾਰਾ ਖਾ ਸਕਦਾ ਜਾਂ ਬਿਲਕੁਲ ਖਾਣੀ ਚਾਹੀਦੀ? ਨਹੀਂ, ਇੱਕ ਤਾਂ ਵੀਰ ਖਾ ਲੂਗਾ ਕੁਛ, ਕੋਈ ਨੁਕਸਾਨ ਨਹੀਂ ਹੋਣ ਲੱਗਿਆ, ਪਰ ਜੋ ਫਿਰ ਲਗਾਤਾਰ ਖਾਈ ਜਾਏਗਾ ਤਾਂ ਫਿਰ ਉਸੇ ਸਥਿਤੀ ਫਿਰ ਚਲਾ ਜਾਏਗਾ ਹੌਲੀ ਹੌਲੀ। ਇਹ ਨਹੀਂ ਵੀ ਇੱਕ ਦਿਨ ਖਾਣ ਨਾਲ ਕੋਈ ਜ਼ਹਿਰ ਹੈ ਉਹ ਜਿਹੜਾ ਇੱਕਦਮ ਜਾ ਕੇ ਲੱਗ ਜਾਏਗੀ ਉਹਨੂੰ, ਜੇ ਮੰਨ ਲਓ ਕਿਸੇ ਨੇ ਵਿਆਹ 'ਚ ਫਸਾਇਆ ਕਿਤੇ ਉਹਨੂੰ ਰੋਟੀ ਖਾਣੀ ਪੈ ਗਈ, ਇੱਕ ਦਿਨ ਖਾਣ ਨਾਲ ਕੁਛ ਨਹੀਂ ਹੁੰਦਾ, ਉਹ ਵੀ ਅਸੀਂ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਜੇ ਖਾਣੀ ਵੀ ਹੈ ਤਾਂ ਉਹਨੂੰ ਉਹ 7 ਵਜੇ ਰੋਟੀ ਤੁਸੀਂ ਕਹਿੰਦੇ ਉਹਨੂੰ ਜਿਵੇਂ ਮਿੱਸੀ ਰੋਟੀ ਬਣਦੀ ਹੈ ਉੱਦਾਂ ਬਣਾ ਕੇ ਖਾ ਲਓ। ਮਿੱਸੀ ਰੋਟੀ ਨਹੀਂ ਖਰਾਬ ਕਰਦੀ? ਨੈਚੁਰਲੀ ਕੋਈ ਘੱਟ ਖਰਾਬ ਕਰੇਗੀ ਨਾ, ਕਿਉਂਕਿ ਉਹਦੇ ਅੰਦਰ ਪੱਤੇ ਆ ਗਏ, ਹੋਰ ਚੀਜ਼ਾਂ ਆ ਗਈਆਂ, ਤਾਂ ਸਾਰੇ ਜਿਹੜੇ ਔਗਣ ਨੇ ਉਹਦੇ ਉਹ ਔਗਣ ਚਿਪਚਿਪਾਹਟ ਹੈ, ਚਿਪਚਿਪਾਹਟ ਜਿਹੜੀ ਆ ਉਹਦੇ ਪੱਤੇ ਪੈਣ ਨਾਲ ਚਿਪਚਿਪਾਹਟ ਵਾਲਾ ਸਿਸਟਮ ਖਤਮ ਹੋ ਗਿਆ, ਜਾ ਕੇ ਉਹਨੂੰ ਜਦੋਂ ਲੱਗਣਾ ਤਾਂ ਉਹਦੀ ਚਿਪਚਿਪਾਹਟ ਖਤਮ ਹੋ ਗਈ। ਤਾਂ ਇੱਦਾਂ ਹੀ ਜਿਹੜੇ ਪ੍ਰੋਟੀਨਸ ਨੇ ਉਹ ਵੀ ਉਹਨੂੰ ਉਹਦਾ ਘੱਟ ਘੱਟ ਤੰਗ ਕਰਨਗੇ, ਕਿ ਉਹ ਬਾਕੀ ਨਾਲ ਚੀਜ਼ਾਂ ਰਲ ਗਈਆਂ, ਤਾਂ ਰਲ ਕੇ ਫਿਰ ਕੁਦਰਤੀ ਗੱਲ ਉਹਨਾਂ ਥੋੜ੍ਹਾ ਕਰਨਗੇ ਨਾ। ਮੰਨ ਲਓ ਤੁਸੀਂ ਪੱਤੇ ਪਾਓਗੇ, ਮੂਲੀ ਪਾਓਗੇ, ਤਾਂ ਸਭ ਕੁਛ ਪਾ ਸਕਦੇ ਹਾਂ, ਤਾਂ ਤੁਸੀਂ 2 ਹਿੱਸੇ ਦਾ ਉਹ ਪਾਤੇ, 1 ਹਿੱਸਾ ਆਟਾ ਪਾਇਆ, 3ਜਾ ਹਿੱਸਾ ਰਹਿ ਗਿਆ ਨਾ ਉਹਦਾ ਔਗਣ, ਫਿਰ ਜਿਹੜੇ ਪੱਤਿਆਂ ਦੇ ਗੁਣ ਨੇ ਅਤੇ ਉਹਦੇ ਗੁਣ ਨੇ ਉਹਦੇ ਔਗਣਾਂ ਨੂੰ ਦੱਬ ਲੈਣਗੇ। ਤਾਂ ਉਹਦੇ ਕਰਕੇ 7 ਵਜੇ ਰੋਟੀ, ਅਸੀਂ ਉਹਨੂੰ 7 ਵਜੇ ਰੋਟੀ ਦਾ ਨਾਮ ਦਿੱਤਾ, ਤਾਂ ਯੂਟਿਊਬ 'ਤੇ ਵੀਡੀਓਜ਼ ਵੀ ਪਈਆਂ ਨੇ ਵੀ 7 ਵਜੇ ਰੋਟੀ ਕੈਸੇ ਬਣਾਇਆ, ਬਹੁਤ ਅੱਛੀਆਂ ਵੀਡੀਓਜ਼ ਪਈਆਂ ਨੇ। ਤਾਂ 7 ਵਜੇ ਰੋਟੀ ਬਹੁਤ ਸਵਾਦ ਵੀ ਬਹੁਤ ਬਣਦੀ ਹੈ, ਤੁਸੀਂ ਸਬਜ਼ੀ ਵਾਲੇ ਹੋਵੇ ਨਾ ਹੋਵੇ, ਮਾੜਾ ਮੋਟਾ ਕੋਈ ਲੱਸੀ ਵੀ ਖੱਟੀ ਪਈ ਹੈ ਉਹਦੇ ਨਾਲ ਖਾ ਲਓ, ਜਾਂ ਤੁਸੀਂ ਕੋਈ ਵੀ ਤੁਹਾਡੇ ਕੋਲ ਨਾ ਵੀ ਕੁਛ ਵੀ ਹੋਵੇ ਤਾਂ ਵੀ ਉਹਦੇ 'ਚ ਜੇ ਆਪਾਂ ਘੀ ਦਾ ਚਮਚਾ ਪਾ ਲਾਂਗੇ ਤਾਂ ਇੰਨੀ ਨਰਮ ਬਣਦੀ ਹੈ ਕਿ ਤੁਸੀਂ ਵੈਸੇ ਵੀ ਖਾ ਲਓਗੇ ਗੋਲ ਕਰਕੇ ਤਾਂ ਵੀ ਖਾਈ ਜਾਏਗੀ। ਤਾਂ ਉਹ ਜਿਹੜੀ 7 ਵਜੇ ਰੋਟੀ ਵਾਲਾ ਕੰਸੈਪਟ ਆ ਉਹ ਕਦੀ ਕਦੀ ਜਿੱਦਾਂ ਫਸ ਜਾਓ ਕਿਤੇ ਸਿਚੁਏਸ਼ਨ 'ਚ, ਉਹ ਵੀ ਕਰ ਲੈਣਾ ਚਾਹੀਦਾ। ਜਾਂ ਫਿਰ ਦੂਜਾ ਤਰੀਕਾ ਹੁੰਦਾ ਕਿ ਪਹਿਲਾਂ ਸਲਾਦ ਖਾਓ ਪਲੇਟ ਭਰ ਕੇ, ਜਦੋਂ ਵੀ ਅਨਾਜ ਖਾਣਾ ਉਸ ਤੋਂ ਪਹਿਲਾਂ ਸਲਾਦ ਖਾ ਲਓ ਜਾਂ ਫਲ ਖਾ ਲਓ, ਉਹ ਚੀਜ਼ ਕੱਚੀ ਖਾ ਲਓ ਫਿਰ ਤੋਂ ਉਹ ਖਾ ਲਓ, ਫਿਰ ਕਿਉਂਕਿ ਅੰਤਰੀਆਂ 'ਚ ਪਹਿਲਾਂ ਹੀ ਉਹ ਸਲਾਦ ਪਈ ਹੈ, ਜਦੋਂ ਉਹ ਜਾਏਗਾ ਤਾਂ ਉਹਦੇ ਜੇ ਔਗਣ ਨੇ ਉਹਨਾਂ ਨੂੰ ਉਹ ਨਿਊਟਰਲਾਈਜ਼ ਕਰ ਦੇਗਾ ਜਿਹੜਾ ਸਲਾਦ ਹੈ। ਤਾਂ ਉਹ ਤਰੀਕਾ ਵੀ ਕਹਿੰਦੇ ਹਾਂ ਵੀ ਜੇ ਬਿਲਕੁਲ ਹੀ ਇਹੋ ਜਿਹੀ ਗੱਲ ਹੈ ਤਾਂ ਮੰਨ ਲਓ ਵਿਆਹ 'ਚ ਤੁਸੀਂ ਫਸ ਗਏ ਤਾਂ ਪਹਿਲਾਂ ਪਲੇਟ ਭਰ ਕੇ ਸਲਾਦ ਖਾਓ ਫਿਰ ਖਾ ਲਓ ਉਹ। ਸੋ ਇਸ ਕਰਕੇ ਉਹ ਫਿਰ ਜਿਹੜਾ ਹੈ ਉਹ, ਲੇਕਿਨ ਵੀਟ ਐਲਰਜੀ ਵਾਲੇ ਵਾਸਤੇ ਇਹ ਸਲਿਊਸ਼ਨ ਵੀ ਕਾਰਗਰ ਨਹੀਂ ਹੁੰਦੇ ਬਹੁਤੇ, ਵੀਟ ਐਲਰਜੀ ਵਾਲੇ ਵਾਸਤੇ ਤਾਂ ਇਹੀ ਰੱਖਣਾ ਚਾਹੀਦਾ ਕਿ ਵੀਟ ਐਲਰਜੀ ਵਾਲਾ ਬੰਦਾ ਤਾਂ ਕਣਕ ਖਾਵੇ ਹੀ ਨਾ,
ਉਹ ਤਾਂ ਹੀ ਉਹਦੇ ਲਈ ਸਭ ਤੋਂ ਵਧੀਆ ਚੀਜ਼ ਹੈ, ਕਿਉਂਕਿ ਜੇ ਉਹ ਖਾਏਗਾ ਤਾਂ ਉਹਦੇ ਅੰਦਰ ਫਿਰ ਉਹ ਜਿਹੜਾ ਪੁਰਾਣਾ ਪ੍ਰੋਸੈਸਰ ਹੁੰਦਾ ਉਹਦਾ ਆਟੋਇਮਿਊਨਿਟੀ ਵਾਲਾ, ਉਹ ਫਿਰ ਜਾਗ ਪੈਂਦਾ, ਸਰੀਰ ਨੂੰ ਫਿਰ ਉਹ ਯਾਦ ਆ ਜਾਂਦਾ ਵੀ ਹਾਂ ਫਿਰ ਤਾਂ ਜੇ ਫਿਰ ਵੀ ਆਈ ਜਾਂਦਾ ਵੀ ਇਹ ਤਾਂ ਨਹੀਂ ਆਇਆ ਮਹੀਨਾ ਦੋ ਮਹੀਨੇ ਪਰ ਫਿਰ ਆ ਗਿਆ ਹੁਣ, ਤਾਂ ਉਹ ਫਿਰ ਉਹਨੂੰ ਯਾਦ ਕਰਾਉਣ ਦੀ ਲੋੜ ਨਹੀਂ ਹੁੰਦੀ, ਜਿਹਨੇ ਆਪਾਂ ਯਾਦ ਨਾ ਨਾ ਕਰਾਵਾਂਗੇ ਫਿਰ ਉਹ ਸਰੀਰ ਦਾ ਜਿਹੜਾ ਜਿਹੜਾ ਮਤਲਬ ਬੈਡ ਚੇਨ ਆਫ ਰਿਐਕਸ਼ਨਸ ਹੈ ਉਹ ਹੌਲੀ ਹੌਲੀ ਸ਼ਾਂਤ ਹੋ ਜਾਂਦਾ। ਅਤੇ ਇਸ ਕਰਕੇ ਐਲਰਜੀ ਵਾਲਿਆਂ ਨੂੰ ਇਹੀ ਰਿਕਮੈਂਡੇਸ਼ਨ ਹੈ ਕਿ ਵੀ ਉਹ ਤੋਂ ਉਹ ਕੋਸ਼ਿਸ਼ ਕਰੋ ਕਿ ਉਹ ਖਾਓ ਹੀ ਨਾ, ਉਹਦਾ ਬਦਲ ਸਪੋਜ਼ ਬਾਹਰ ਜਾਣਾ ਤੁਸੀਂ ਆਪਣੇ ਲਿਫਾਫੇ 'ਚ ਪਾ ਕੇ ਆਟਾ ਨਾਲ ਲੈ ਜਾਓ, ਅੱਜ ਕੱਲ੍ਹ ਕਣਕ ਤੋਂ ਬਿਨਾਂ ਵਾਲੇ ਆਟੇ ਮਿਲਦੇ ਆ। ਅੱਛਾ ਉਹਦੇ 'ਚ ਜਿਹੜਾ ਜਿਹੜੇ ਪੰਜ ਅਨਾਜਾਂ ਤੋਂ ਇਲਾਵਾ ਜਿਹੜੇ ਆਪਾਂ ਮਿਲਟਸ ਕਹਿ ਰਹੇ ਹਾਂ, ਇਸ ਤੋਂ ਇਲਾਵਾ ਘੱਟੋ ਘੱਟ 8-10 ਕਿਸਮ ਦੇ ਹੋਰ ਅਨਾਜ ਨੇ ਜਿਹੜੇ ਆਪਾਂ ਖਾ ਸਕਦੇ ਹਾਂ। ਉਹਦੇ ਜਵਾਰ ਹੈ, ਬਾਜਰਾ ਹੈ, ਮੱਕੀ ਹੈ, ਥੋੜ੍ਹਾ ਜੌਂ ਨੇ, ਜਵੀ ਹੈ, ਰਾਗੀ ਹੈ, ਪ੍ਰੋਜ਼ੋ ਮਿਲਟ ਹੈ, ਥੋੜ੍ਹੀ ਉਹ ਹੈ ਅਮਰੈਂਥਸ ਹੈ, ਚੁਲਾਈ ਚੁਲਾਈ ਦਾ ਆਟਾ ਬਹੁਤ ਸੋਹਣਾ ਬਣਦਾ, ਚੁਲਾਈ ਹੈ, ਹਾਂ ਬਿਲਕੁਲ। ਉਹਦੇ 'ਚ ਲੋਕ ਥੋੜ੍ਹੀ ਥੋੜ੍ਹੀ ਦਾਲਾਂ ਪਾ ਲੈਂਦੇ, ਕਈ ਵਾਰੀ ਸੋਇਆਬੀਨ ਦਾ ਆਟਾ ਪਾ ਲੈਂਦੇ ਹੈ, ਹਾਂ ਦਾਲਾਂ ਪਾ ਲੈਂਦੇ ਥੋੜ੍ਹੀਆਂ, ਦਾਲ ਵੀ ਪੈ ਜਾਂਦੀ ਹੈ ਮੰਨ ਲਓ। ਹਾਂ ਪੀਸ ਕੇ ਜਾਂ ਭਿਉਂ ਕੇ ਉਹਨੂੰ ਮਿਕਸੀ 'ਚ ਗੇੜਾ ਦੇ ਲਓ, ਜਿਵੇਂ ਫੋਰ ਐਗਜ਼ਾਮਪਲ ਉਹਦੇ ਅੰਦਰ ਲੇਸ ਘੱਟ ਹੈ ਅਤੇ ਰੋਟੀ ਬਣਨ 'ਚ ਦਿੱਕਤ ਆਉਂਦੀ, ਬਹੁਤ ਲੋਕ ਮਾਂਹ ਦੀ ਦਾਲ ਧੋਤੀ ਥੋੜ੍ਹੀ ਜਿਹੀ ਪਾ ਲੈਂਦੇ 10-15%, ਉਹਦੇ ਨਾਲ ਰੋਟੀ ਬਹੁਤ ਸੋਹਣੀ ਬਣ ਜਾਂਦੀ ਹੈ, ਪੂੜਾ ਬਹੁਤ ਸੋਹਣਾ ਬਣ ਜਾਂਦਾ ਹੈ ਮਾਂਹ ਦੀ ਦਾਲ ਨਾਲ। ਤਾਂ ਥੋੜ੍ਹੀ ਪਰ ਦਾਲ ਜਦੋਂ ਵੀ ਪਾਉਣੀ ਆਟੇ ਦੇ ਅੰਦਰ ਤਾਂ 5-5 ਹਿੱਸੇ ਤੋਂ ਵੱਧ ਨਹੀਂ ਪਾਉਣੀ, ਜਿਵੇਂ ਛੋਲਿਆਂ ਦਾ ਬੇਸਣ ਵੀ ਪਾਉਣਾ ਹੈ, ਛੋਲਿਆਂ ਦਾ ਆਟਾ ਪਾਉਣਾ ਹੈ, ਵੈਸੇ ਤਾਂ ਬੇਸਣ ਦੀ ਵੀ ਛੋਲਿਆਂ ਦਾ ਆਟਾ ਪਾਓ ਜ਼ਿਆਦਾ ਬੈਟਰ ਹੈ, ਅਤੇ ਉਹ ਵੀ 5-5 ਹਿੱਸਾ 20% ਸੋਇਆ ਵੀ ਥੋੜ੍ਹੀ, ਸੋਇਆ ਵੈਸੇ ਵੀ ਬਹੁਤ ਅੱਛੀ ਦਾਲ ਨਹੀਂ ਹੈ ਕਿਉਂਕਿ ਹਾਰਮੋਨ ਡਿਸਟਰਬ ਕਰਦੀ ਹੈ, ਸੋਇਆ ਦੀਆਂ ਸਟੱਡੀਜ਼ ਜਿੰਨੀਆਂ ਕਹਿ ਰਹੀਆਂ ਨੇ ਕਿ ਸੋਇਆ ਐਕਸੈਸਿਵ ਨਹੀਂ ਯੂਜ਼ ਕਰੋ, ਕਦੀ ਕਦੀ ਦੀ ਕੋਈ ਗੱਲ ਨਹੀਂ, ਲੇਕਿਨ ਐਕਸੈਸਿਵ ਸੋਇਆਬੀਨ ਨਾ ਖਾਓ, ਕਿਉਂਕਿ ਐਕਸੈਸਿਵ ਸੋਇਆਬੀਨ ਜਿਹੜਾ ਉਹ ਹਾਰਮੋਨ ਡਿਸਟਰਬ ਕਰਦਾ, ਇਸ ਕਰਕੇ ਸੋਇਆਬੀਨ ਦਾ ਖਾਣਾ ਤਾਂ ਥੋੜ੍ਹਾ ਲਿਮਿਟਡ ਖਾਓ, ਅਤੇ ਇੱਦਾਂ ਕਰਕੇ ਆਪਾਂ ਕਰ ਸਕਦੇ ਹਾਂ। ਇਸੇ ਤਰ੍ਹਾਂ ਆਪਾਂ ਜੇ ਬਹੁਤ ਜ਼ਿਆਦਾ ਆਪਾਂ ਆਪਣੇ ਕੋਲ ਜੇ ਮੰਨ ਲਓ ਕਾਲੇ ਚੌਲ ਹੈਗੇ ਹੈ, ਲਾਲ ਚੌਲ ਹੈਗੇ ਹੈ, ਤਾਂ ਉਹਦਾ ਉਹ ਵੀ ਆਟੇ 'ਚ ਪਾ ਲੈਂਦੇ ਲੋਕ, ਚੌਲ ਵੀ ਪਾ ਲੈਂਦੇ ਆ। ਅਤੇ ਇਸ ਕਰਕੇ ਕਣਕ ਅਤੇ ਕਣਕ ਨੂੰ ਛੱਡ ਕੇ, ਕਣਕ ਜੇ ਕੱਢਣੀ ਹੋਵੇ ਮਾਈਨਸ, ਤਾਂ ਉਹਦੇ ਅੰਦਰ ਬਹੁਤ ਸਾਰੇ ਹੋਰ ਨੇ ਜਿਹੜੇ 0G ਦੇ ਨਾਂ 'ਤੇ, ਗਲੂਟਨ ਫਰੀ ਦੇ ਨਾਂ 'ਤੇ ਬਹੁਤ ਸਾਰੇ ਆਟੇ ਮਾਰਕੀਟ 'ਚ ਉਪਲਬਧ ਨੇ, ਮਲਟੀਗ੍ਰੇਨ ਵਿਦਾਊਟ ਜਾ ਕੇ ਤੁਸੀਂ ਮੰਗੋਗੇ ਮਲਟੀਗ੍ਰੇਨ ਆਟਾ ਚਾਹੀਦਾ, ਕਣਕ ਨਹੀਂ ਕਣਕਣਾ ਹੋਵੇ ਵਿੱਚ, ਤਾਂ ਦੁਕਾਨਾਂ ਵਾਲੇ ਬਹੁਤ ਚੱਕੀਆਂ ਵਾਲੇ ਵੀ ਦੇਣ ਲੱਗੇ ਹੁਣ, ਕਿਉਂਕਿ ਲੋਕਾਂ ਨੂੰ ਅਲਰਜੀ ਇੰਨੀ ਹੋਣ ਲੱਗੀ ਹੈ ਕਿ ਤਕਰੀਬਨ ਮਿਲ ਜਾਂਦਾ ਹੈ। ਅਤੇ ਇਸ ਕਰਕੇ ਕੋਈ ਦਿੱਕਤ ਨਹੀਂ ਹੈ, ਬਸ ਕਣਕ ਤੋਂ ਬਿਨਾਂ ਵਾਲਾ ਆਟਾ ਖਾ ਲਓ, ਜ਼ਿਆਦਾ ਖਾਓ ਇਹ 5-5 ਅਨਾਜ ਜਿਹੜੇ 5 ਮਿਲਟਸ ਨੇ, ਇਹ ਬੜੇ ਵੰਡਰਫੁਲ ਗ੍ਰੇਨਸ ਨੇ। 25-30 ਸਾਲ ਦੀ ਰਿਸਰਚ ਤੋਂ ਬਾਅਦ ਡਾਕਟਰ ਖਾਦਰਵਲੀ ਨੇ ਤਾਂ ਬਹੁਤ ਕੰਮ ਕੀਤਾ, ਤਾਂ ਉਹਨਾਂ ਨੇ ਜਿਹੜੇ ਬਹੁਤ ਹੀ ਵੰਡਰਫੁਲ ਅਨਾਜ ਦਿੱਤੇ ਮਨੁੱਖਤਾ ਨੂੰ, ਮੈਂ ਸਮਝਦਾ ਕਿ ਮਨੁੱਖਤਾ ਜਿਹੜੀ ਹੈ ਉਹਨਾਂ ਦੀ ਦੇਣਦਾਰ ਹੈ, ਕਿਉਂਕਿ ਇਹ ਅਨਾਜ ਐਸੇ ਅਨਾਜ ਨੇ ਕਿ ਇਹ ਬਿਮਾਰ ਬੰਦੇ ਨੂੰ ਵੀ ਚੱਕ ਲੈਂਦੇ, ਉੱਪਰ ਜਿੰਨਾ ਮਰਜ਼ੀ ਬੰਦਾ ਬਿਮਾਰ ਹੋਵੇ ਉਹਨੂੰ ਚੱਕ ਲੈਂਦੇ ਆ। ਤਾਂ ਇਹ ਡਾਕਟਰ ਖਾਦਰਵਲੀ ਦੀ ਬਹੁਤ ਵੱਡੀ ਦੇਣ ਹੈ, ਜਿਹਦੇ ਲਈ ਮੇਰੇ ਖਿਆਲ 'ਚ ਉਹਦੀ ਜਿਹੜੀ ਬਹੁਤ ਲੰਬੇ ਸਮੇਂ ਤੱਕ ਡਾਕਟਰ ਖਾਦਰਵਲੀ ਨੂੰ ਇਸ ਕੰਮ ਲਈ ਯਾਦ ਰੱਖਿਆ ਜਾਏਗਾ, ਨੋਬਲ ਪੁਰਸਕਾਰ ਮਿਲਦਾ। ਬਿਲਕੁਲ ਮਿਲਣਾ ਚਾਹੀਦਾ ਹੁਣ। ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਨੂੰ ਵੀਟ ਐਲਰਜੀ ਅਤੇ ਹੋਰ ਤਰ੍ਹਾਂ ਦੀਆਂ ਜਿਸ ਤਰ੍ਹਾਂ ਦੀਆਂ ਖਰਾਬੀਆਂ ਬੋਡੀ 'ਚ ਆਉਂਦੀਆਂ ਨੇ ਉਸ ਤੋਂ ਬਚਾਉਣ ਦੇ ਤਰੀਕੇ ਦੱਸਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਵੀਟ ਐਲਰਜੀ ਕਿਉਂ ਹੁੰਦੀ ਹੈ, ਕਿਹੜੇ ਕਿਹੜੇ ਕਾਰਨ ਹੁੰਦੇ, ਬੋਡੀ ਦੇ ਅੰਦਰ ਕਿਹੜੇ ਪ੍ਰੋਟੀਨ ਜਦੋਂ ਜਾਂਦੇ ਨੇ ਅਤੇ ਜਾ ਕੇ ਅੰਦਰ ਖਰਾਬੀ ਪੈਦਾ ਕਰਦੇ ਨੇ, ਕਣਕ ਕਿਹੜੀ ਕਣਕ ਜਿਹੜੀ ਸੀ ਉਹ ਸਾਡੀ ਸਰੀਰ ਵਾਸਤੇ ਸਹੀ ਸੀ, ਅਤੇ ਅੱਜ ਦੀ ਜਿਹੜੀ ਕਣਕ ਮਿਲ ਰਹੀ ਹੈ ਉਹ ਕਿਸ ਤਰ੍ਹਾਂ ਬੋਡੀ ਦੇ ਅੰਦਰ ਜਿਹੜੀ ਹੈ ਵੱਧ ਜਿਹੜੀ ਹੈ ਅੰਦਰ ਖਰਾਬੀਆਂ ਪੈਦਾ ਕਰ ਰਹੀ ਹੈ, ਕਿਹੜੇ ਕਿਹੜੇ ਅਨਾਜ ਸਾਨੂੰ ਖਾਣੇ ਚਾਹੀਦੇ ਨੇ, ਜੇਕਰ ਕਦੇ ਕਿਸੇ ਸਮੇਂ ਦੇ ਉੱਤੇ ਜਾ ਕੇ ਸਾਨੂੰ ਕਣਕ ਦੀ ਰੋਟੀ ਖਾਣੀ ਵੀ ਪੈ ਜਾਵੇ ਤਾਂ ਉਸ ਨੂੰ ਕਿਹੜੇ ਤਰੀਕੇ ਨਾਲ ਖਾਣਾ ਚਾਹੀਦਾ, ਕਿ ਜੇਕਰ ਕੁਛ ਵੀ ਨਾ ਮਿਲੇ ਅਤੇ ਸਿਰਫ ਕਣਕ ਦੀ ਰੋਟੀ ਹੋਵੇ ਅਤੇ ਫਿਰ ਆਪਾਂ ਨੇ ਕੀ ਕਰਨਾ ਹੈਗਾ, ਅਤੇ ਉਹਦੇ ਖਾ ਕੇ ਕਿਹੜੀਆਂ ਚੀਜ਼ਾਂ ਖਾ ਕੇ ਉਸ ਤੋਂ ਬਾਅਦ ਰੋਟੀ ਖਾਈਏ ਅਤੇ ਸਾਨੂੰ ਜਿਹੜਾ ਉਹ ਖਰਾਬੀ ਪੈਦਾ ਨਹੀਂ ਹੋਵੇਗੀ। ਅਤੇ ਅੰਤ ਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਕਿ ਜੇਕਰ ਕਣਕ ਦੀ ਜੇਕਰ ਰੋਟੀ ਖਾਣ ਦਾ ਸਾਡਾ ਜਿਹੜਾ ਉਹ ਮੂੰਹ ਦਾ ਸਵਾਦ ਬਣਿਆ ਵੀ ਹੈ ਅਤੇ ਆਪਾਂ ਕਿੰਨੇ ਤਰ੍ਹਾਂ ਦੇ ਅਨਾਜਾਂ ਦੀ ਜਿਹੜੀ ਆ ਰੋਟੀ ਬਣਾ ਕੇ ਖਾ ਸਕਦੇ ਹਾਂ ਅਤੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਵੀਟ ਐਲਰਜੀ ਤੋਂ ਪੀੜਿਤ ਲੋਕਾਂ ਨੂੰ ਇਸ ਦਾ ਫਾਇਦਾ ਹੋ ਸਕੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਧੰਨਵਾਦ।